ਵਾਰ ਜੰਮੈ ਬਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਆਇਆ ਤਿਸਨਾ ਤਜ ਵਿਕਾਰ ਜਨਮ ਕਰ ਦੁ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਹਾਨ ਕਿਲ ਵਿਖ ਪਾਪ ਸਭ ਕੱਟੀਐ ਹੋਮੈ ਚੁੱਕੇ ਗੁਮਾਨ ਗੁਰਮ ਕਮਲ ਵਿਖਸਿਆ ਸਵ ਆਤਮ ਰਾਮ ਪਛਾਣ ਹਰ ਹਰ ਕਿਰਪਾ ਤਾਰ ਪ੍ਰਭ ਜਨਾਨਕ ਜਪ ਹਰ ਨਾਮ ਤਨਾ ਸ੍ਰੀ ਤਨਵੰਤੀ ਜਾਣੀਏ ਪਾਈ ਜੈ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੋ ਪੈ ਜੀ ਸੋ ਪਾਈ ਲੈ ਹੁਕਮ ਫਹਿਰਾਉ ਜੈ ਵੈ ਸਾਹਿਬ ਵੈ ਸੈ ਭਾਈ ਜੈ ਫਿਰ ਜੈ ਤੈ ਜਾਓ ਏਵਟ ਹੋਰ ਤਨ ਏਵਟ ਤਨ ਹੋਰ ਕੋ ਨਾਈ ਭਾਈ ਜੇਵਟ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਸੰਪਤ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਾ ਲਾਈਏ ਭਾਈ ਦਰਸ਼ਨ ਕਹੋ ਬਲ ਜਾਏ ਸਤਿਗੁਰੂ ਜੁੜੀਆਂ ਪੜਿਆਈਆਂ ਭਾਈ ਕਰਮ ਲੇਤਾ ਭਾਈ ਇੱਕ ਹੁਕਮ ਮਨ ਨਾ ਜਾਣੀ ਭਾਈ ਦੂਜੇ ਭਾਈ ਫਿਰਾਏ ਸੰਗਤ ਟੋਈ ਨਾ ਮਿਲੇ ਭਾਈ ਵੈਸਨ ਮਿਲੇ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨਾ ਤੁਰੋਏ ਕਮਾਇਆ ਨਾ ਆਏ ਤੈਨੂੰ ਬਿੱਟੋ ਹੋਂ ਬਾਰਿਆ ਭਾਈ ਤਿਨ ਕਹੋ ਸਤਿਬਲੇ ਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਾਗਨ ਅੰਦਿਨ ਸੇਵਨ ਗੁਰੇ ਆਪਣਾ ਅੰਦਿਨ ਅਣਦਰਾਹਨ ਨਾਨਕ ਸੇਵੋ ਸੋਹਣੇ ਸੱਚੇ ਦਰ ਦਿਸਾਨ ਮੁਖ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਤਨ ਉਤਮ ਪਦ ਵੀ ਪਾਏ ਸੱਚ ਉਹਨੇ ਸਨਮਾਨ ਲਾਏ ਸੱਚੀ ਕਰ ਕਮਾਏ ਸੱਚੀ ਦਰ ਕਹਿ ਵੈਸਣਾ ਸੱਚੇ ਮਾਏ ਸਮਾਏ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਏ ਮਨੁੱਖ ਭੂਲੇ ਜਾਵੇ ਵਿਆਹ ਪਰੋਂ ਪਰੋਂ ਕਰੇ ਜਨਿਤ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰਦੇ ਚੁੱਕੇ ਸਹਿਜ ਉਪਜੇ ਚੁੱਕੇ ਕੂ ਪੁਕਾਰ ਨਾਨਕ ਨੂੰ ਸ਼ਾਂਤ ਹੋਏ ਨਾਮ ਰਖੋ ਰਤਾਰ ਵਿਆਹ ਤੂੰ ਸੱਚ ਹੋ ਸੱਚੇ ਸੂਣ ਬੁਲਾਏ ਬੋਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਲਾਏ ਸਭ ਤੀਨ ਤੇ ਕੁਤਰ ਹੈ ਮਨ ਲੈ ਰਜਾਏ ਚਾਰੇ ਘੁੰਟਾ ਚੋਗ ਵਰਸਦਾ ਬੂੰਦ ਪਵੇ ਸਹਿ ਸੁਪਾਏ ਜਲ ਹੀ ਤੇ ਸਭ ਉਪਜੇ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤਿੰਨ ਸਭੋਖ ਨਾ ਲੱਗ ਗਿਆ ਵਿਆਹ ਤੂੰ ਸਹਿਜ ਬੋਲ ਸੱਚੇ ਸਭ ਸੁਪਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀ ਆਦਿ ਖਾਇਆ ਪਛਾਣੇ ਪ੍ਰੀਤਮ ਲੈ ਬੁੱਠਾ ਛਾ ਬਿਰਲਾਏ ਚਿਮ ਚਮਨ ਵਰਸਦਾ ਸਿਨਾ ਬੁਖ ਸਭ ਜਾਏ ਕੋ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਰਨ ਸਵਨ ਸੁਹਾਗਣੀ ਸੱਚੇ ਹੈ ਨਾ ਹੀ ਸਮਾਏ ਤੁਰੋਂ ਕਾ ਸਵੇਤ ਜਾ ਸੱਚੇ ਉਠ ਮੋਕਮ ਬਟਾਏ ਇੰਦਵਰ ਸਿਧਾਇਆ ਕਰ ਗੂੜੀ ਛੈ ਬਿਰਲਾਏ ਵੀ ਇਹ ਤਨ ਮਨ ਸੁੱਖ ਹੋਏ ਜਾ ਤਤ ਬੂਤ ਮੋਹ ਪਾਏ ਅੰਤਨ ਬਹੁਤ ਉਪਜੇ ਧਰਤੀ ਸੋਭਾ ਪਾਏ ਅੰਦਨ ਲੋਕ ਪਦਕ ਭਗਤ ਕਰੇ ਗੁਰ ਕਹਿ ਸਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ ਪੈ ਕਾ ਸਾ ਸ਼ਿੰਗਾਰ ਕਰੋ ਸੱਚ ਰਹੋ ਲਿਬਲਾਏ ਨਾਨਕ ਨਾਮੋ ਮਨ ਵਸੇ ਹਰ ਦਰ ਕਹਿ ਲੈ ਛਡਾਏ ਬਵੀਆ ਸਗਰੀ ਧਰਤੀ ਜੇ ਫਰੇ ਉੜ ਚੜੇ ਆਕਾਸ ਸਤਿਗੁਰ ਮਿਲੇ ਜਲ ਪਾਈਆ ਚੂਕੇ ਪੂਪਿਆਸ ਜੀਉ ਪਿੰਡ ਸਭ ਤੇ ਸਭ ਕਿਸ ਦਿਸਕੇ ਪਾਸ ਮੈਨੂੰ ਬੋਲਿਆ ਸਭ ਕੇ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਨਾਨਕ ਘੱਟ ਘੱਟ ਇੱਕੋ ਵਰਦਾ ਸਭ ਕਰੇ ਪ੍ਰਕਾਸ਼ ਨਾਨਕ ਸੰਦ ਹੈ ਜੀ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰ ਬੜੇ ਸਭ ਜਗ ਹਰਿਆ ਵਲ ਹੋਏ ਸਭ ਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾਮ ਵਿਸਰੇ ਜਿਨ ਸਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰੂ ਫਸਿਆ ਮਨ ਸੋਏ ਹਰ ਬੁੱਠੇ ਮਨ ਤਨ ਫਰਬੜੇ ਸਭ ਜਗ ਹਰਿਆ ਹੋਏ ਵੱਡੜੇ ਚਾਲ ਚੜੋਂ ਬੜੇ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰੇ ਭਨਨ ਕਰ ਸਮਰੱਥ ਹਰ ਹਟ ਪੀ ਤੂੰ ਤੂੰ ਕਰ ਹੇ ਬੋਲਾ ਹੈ ਪੱਲੀ ਵਾਣ ਸਾਹਿਬ ਸਦਾ ਹਦੂਰ ਹੈ ਕਿ ਉੱਚੀ ਕਰੇ ਪੁਕਾਰ ਜਿਨ ਜਗਤ ਪਾਏ ਹਰ ਰੰਗ ਕੀਆ ਤਿਸੇ ਵਿੱਟੋਂ ਕੁਰਬਾਨ ਆਪ ਛੋਟੇ ਤਾਂ ਸੌ ਮਿਲੇ ਸੱਚਾ ਹੋ ਵਿਚਾਰ ਹੋਮੇ ਫਿੱਕਾ ਬੋਲਣਾ ਪੁੱਛਣਾ ਸਿੱਕਾਂ ਕਾਰ ਵਣ ਤ੍ਰਿਣ ਤ੍ਰਿਣ ਭਾਵ ਤੁਜੇ ਧਿਆਈ ਦਾ ਆਨੰਦ ਸਦਾ ਵਿਹਾਰ ਬਿਨ ਸਤਿਗੁਰ ਕਿਰੇ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੀ ਜੇ ਆਪਣੀ ਆਪੇ ਲੈ ਸਵਾਰ ਨਾਨਕ ਗੁਰਮੁਖ ਜੀ ਨੇ ਧਿਆ ਆਏ ਸੇ ਪ੍ਰਵਾਨ ਯੋਗ ਨਾ ਭਗਵੀ ਕੱਪੜੀ ਯੋਗ ਨਾ ਮਹਿਲੇ ਵੀ ਇਸ਼ਨਾਨ ਘਰ ਬੈਠਿਆਂ ਯੋਗ ਪਾਈਏ ਸਤਿਗੁਰ ਕੈ ਪ੍ਰਦੇਸ਼ ਚਾਰੇ ਘੁੰਟਾ ਜੇ ਪਵੇ ਵੇਦ ਪੜੇ ਯੁਗ ਚਾਰ ਨਾਨਕ ਸਾਚਾ ਪੇਟਿਆ ਮਨ ਵਸੇ ਪਾਵੇ ਮੁਖ ਦੁਆਰ ਨਾਨਕ ਹੁਕਮ ਵਰਤੇ ਕਸਮ ਕਾ ਮਤ ਭਾਵੀ ਫਿਰੇ ਚਲ ਚੇਤ ਮਨੁੱਖ ਸਿਉ ਕਰ ਦੋਸਤੀ ਸੁੱਖ ਕੇ ਪੁੱਛੇ ਮਿਤ ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚੇਤ ਜਮਣ ਮਨ ਕਾ ਮੂਲ ਕੱਟੀ ਹੈ ਤਾਂ ਸਗੋ ਵੀ ਮਿਤ ਭੁਲੇ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਵਾਰੀ ਕਰਨ ਪਲਾ ਕਰੇ ਸਲੋਕ ਮੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰੂ ਖੁਲਿਆ ਹਰ ਰਾਜ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਬਾਹੋ ਬਾਹ ਸਤਿਗੁਰ ਪੁਰਖ ਹੈ ਜਿਨ ਸੱਚਾ ਤਾ ਸੋਏ ਜਿਤ ਮਿਲੇ ਤੇ ਕੁਤਰੇ ਤਨ ਮਨ ਸੀਤਲ ਹੋਏ ਬਾਹੋ ਬਾਹ ਸਤਿਗੁਰ ਸਤਿਪੁਰਖ ਹੈ ਜਿਸ ਨੂੰ ਸਮਾ ਸਕ ਹੋਏ ਬਾਹੋ ਬਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤੁਲ ਹੋਏ ਬਾਹੋ ਬਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਬਾਹੋ ਸਤਿਗੁਰ ਨਕਾਰ ਹੈ ਜਿਸ ਅੰਤਰ ਪਾਰਾ ਵਾਰ ਬਾਹੋ ਬਾਹ ਸਤਿਗੁਰੂ ਹੈ ਜਿਸ ਅਦ੍ਰਿੜਾਇ ਸੋਏ ਨਾਨਕ ਸਤਿਗੁਰ ਬਾਹੋ ਬਾਹੋ ਜਿਸ ਦੇ ਨਾਮ ਪ੍ਰਾਪਤ ਹੋਇਆ ਪ੍ਰਭ ਸੱਚਾ ਸੋਏ ਲਾ ਗੁਰਮੁਖ ਨਾਮ ਗੋਬਿੰਦ ਅੰਦਨ ਲਾਮ ਸੁਨਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਉਣ ਨਮਨ ਤਨ ਪੰਗ ਮੂਪਰੀਆਂ ਸੁਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋ ਟੁੱਟੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮਿੰਡਾ ਮਿੱਤ ਹੈ ਜੇ ਮਿਲੇ ਤੈ ਮਨ ਵਾਰਿਆ ਦਿੰਦਾ ਮੂਪਰਦਾਸ ਸਰ ਸੱਜਣ ਸਿਜਣਾ ਹਾਰਿਆ ਨਾਨਕ ਹੋਂ ਪ੍ਰਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋਂ ਕੜੀ ਨਿਹਾਲੀ ਮਨ ਤੋਂ ਮਤ ਨੂੰ ਸੱਜਣਾ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜਿਓ ਕਰੀ ਤਿਸ ਵਿੱਟੋ ਚਾਓ ਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹੋਮੇ ਤਰਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੋ ਤਰਿਆ ਨਾ ਜਾਏ ਨਦਰ ਕਰੀ ਜਿਸ ਆਪਣੀ ਜੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨ੍ਹਾਂ ਸਤਿਗੁਰ ਮੰਨਿਆ ਹੋ ਤਿਨਕੇ ਲਾਗੋਂ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਨਿਲ ਬੁਲਾਏ
ਜਿਨ੍ਹਾਂ ਜਿਨ੍ਹਾਂ ਪੀਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤ ਗਿਆ ਹੈ, ਨਾਨਕ ਮਿਲੇ ਸੁਭਾਏ ਗੁਰੂ ਮੁਖੇ ਮਨ ਰਸੀ ਹੈ, ਜਿਨ੍ਹਾਂ ਪੀਰੀ ਪਿਆਰ ਕਿਉਂ ਜੀਵਨ ਪਰਿਵਾਰ ਹੀ ਜਾ ਸਭ ਦੇਖਣਾ ਆਪਣਾ, ਨਾਨਕ ਧੀਵਨ ਹੀ ਧੀਵਨ ਫੀ ਹਿਰੇ, ਜਿਨ੍ਹਾਂ ਗੁਰਮੁਖ ਅੰਦਰ ਨੇ ਹੂੰ ਤੇ ਪ੍ਰੀਤਮ ਸੱਚੇ ਲਾਇਆ, ਰਾਤੀਆਂ ਤੇ ਡੇ ਹੋ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਏ, ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈਏ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ, ਕਬੂ ਹੋਵੇ ਭੰਗ ਨਾਨਕ ਹਰ ਗੁਣ ਗਾਈਏ, ਜਿਨ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵੀ ਹੋਣੇ ਹਾਂ, ਗੁਰੂ ਕਮੇਲੇ ਆਪ ਨਾਨਕ ਜਿਹੜੀ ਵਿਚੋਨੇ ਹਾਂ, ਜਿਨ ਕਹੋ ਪ੍ਰੇਮ ਪਿਆਰ ਤੋਂ ਆਪੇ ਲਾਇਆ, ਕਰਮ ਕਰ ਨਾਨਕ ਲਿਓ ਮਿਲਾਇਆ, ਮੈਂ ਜਾਚਕ ਦੀਜੇ ਨਾਮ ਹਰ, ਗੁਰਮੁਖ ਸਹਿ ਗੁਰਮੁਖ ਰੋਵੈ, ਜੇ ਗੁਰਮ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੁ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ, ਜਿਨ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿਨ ਕੇ ਮੁਖ ਸਾਧੂ ਜਲੇ ਤੇ ਸੱਜੇ ਦਰਬਾਰ, ਤਿਨ ਮੈਂ ਦਿਆਂ ਉੱਠਦਿਆਂ ਕਦਿਨਾਂ ਵਿਸਰੇ ਜਿਆ ਬਖਸ਼ੀ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੇ, ਜੇ ਮੇਲੇ ਸਿਰਜਣਾ ਹਾਰ ਗੁਰਪੀਰਾਂ ਕੀ ਚਾਕਰੀ, ਮਾਂ ਕਰੜੀ ਸੁਖ ਸਾਰ, ਨਦਰ ਕਰੀ ਜਿਸ ਆਪਣੀ ਤੇ ਸਲਾਹੇ ਹਿਤ ਪਿਆਰ, ਸਤਿਗੁਰ ਕੀ ਸੇਵੈ ਲੱਗਿਆ ਪਉ ਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲੇ ਪ੍ਰਭ ਪਾਈਏ, ਸਭ ਦੁੱਖ ਨਿਵਾਰ ਨਹਾਰ, ਮਨ ਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ, ਪੁੱਤ ਕਲਾਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ, ਬਿਨ ਨਾਵੇ ਸਭ ਦੁੱਖ ਹੈ ਦੁਖਦਾਈ, ਮੂੰਹ ਮਾਏ ਨਾਨਕ ਗੁਰੂ ਪਨਦਰੀ ਆਇਆ, ਮੂੰਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਨੇ ਸਕੇਰਾ ਹੁਕਮੀ ਸੁਖ ਪਾਏ, ਹੁਕਮੇ ਸੇਵੇ ਹੁਕਮ ਰਾਬੇ ਹੁਕਮੇ ਸਮੇਂ ਸਮਾਏ, ਹੁਕਮ ਵਰਤਨੇ ਸਤ ਸੰਜਮ ਮਨ ਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਪੂਜੇ, ਸਤਿਗੁਰੂ ਸੇ ਵੇਲੇ ਬੁਲਾਏ, ਨਾਨਕ ਕਿਰਪਾ ਕਰੇ ਜਿਨੇ ਉੱਪਰ ਤਨਾ ਹੁਕਮੇ ਲਾਏ ਮਿਲਾਏ, ਮਨੁ ਕੋਕ ਨਾ ਬੂਜੇ ਬਪੜੀ ਨੇ ਤਾਉ ਮੈਂ ਕਰਮ ਕਮਾਏ, ਵਰਤਨੇ ਸਤ ਸੰਜ ਪੂਦਾ ਪਾਖੰਡ ਪਰਮ ਨਾ ਜਾਏ, ਅੰਤਰੰਗ ਸੁਧ ਮਾਇਆ ਮੂੰਹ ਵੇਦੇ ਜੋ ਹਸਦੀ ਛਰ ਲੁਜਾਏ, ਜਿਹਨੂੰ ਪਾਏ ਤਿਸ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ, ਨਾਨਕ ਪ੍ਰਪੰਚ ਕੀਆ ਤੁਰ ਕਰਤੇ ਪੁਰੂ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਪਈ ਮਨ ਮਾਨਿਆ, ਅੰਦਰ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜੈ, ਸਤਿਗੁਰ ਕਾ ਦਰਸ ਦੇਖੈ ਸਭ ਆਏ, ਮਨੀਏ ਸਤਿਗੁਰ ਪਰਮ ਵਿਚਾਰ ਜਿਤ ਮਿਤ ਮਿਲਿਆ, ਤਿਸ ਨਾ ਭੁੱਖ ਸਭ ਜਾਏ, ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਨੀ ਲੱਗੇ ਆਏ, ਜਿਨ ਪ੍ਰੀਆਂ ਸਿਉਨੇ ਹੋ ਸੇ ਸੱਜਣ ਮੈਂ ਨਾਲ, ਅੰਤਰ ਬਾਰੋਂ ਫਿਰਾਂ ਪੀੜ ਦੇ ਰੱਖਾਂ ਸੰਭਾਲ, ਜਿਨ੍ਹਾਂ ਇੱਕ ਮਨ ਇੱਕ ਚੇਤੇ ਆਇਆ, ਸਤਿਗੁਰੂ ਸਿਉਂ ਚਿਤਲਾਏ, ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਗ ਪਾਈ ਲਿਵਲਾਏ, ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਮੇਂ ਸਮਾਏ, ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਿਆਏ, ਮਨ ਘੁਮਾਇਆ ਮੋਹ ਹੈ ਨਾਮ ਨੂੰ ਲੱਗੈ ਪਿਆਰ, ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ, ਵਿਕਮਾਇਆ ਤਨ ਸੰਜ ਮਰੇ ਅੰਤ ਹੋਏ ਸਭ ਛਾਰ, ਕਰਮ ਧਰਮ ਸੋ ਸੰਜਮ ਕਰੇ ਅੰਤ ਲੋ ਵਿਕਾਰ, ਨਾਨਕ ਮਨ ਖੋਜੇ ਕਮਾਵੇ ਸੋ ਥਾਇ ਨਾ ਪਵੈ ਦਰਗਹਿ ਹੋਏ ਖੁਆਰ, ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਆ ਮਨ ਆਏ, ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੇ ਨਾ ਦੇ ਪਾਰ ਆਏ ਨੀ ਹੁਕਮ ਨਾ ਬੂਝਿਆ ਜਾਏ, ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ, ਸਤਿਗੁਰ ਤੇ ਸੂਜੀ ਪਾਏ, ਸਭ ਕੇ ਤਿਸ ਦੇ ਹੋਇਆ ਜਿਉਂ ਤਿਸੇ ਧੀਰ ਜਾਏ, ਸਭ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ, ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ, ਗੁਰ ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਸੇਵਨ ਆਏ, ਹਿਰਦੇ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ, ਨਾਨਕ ਸਤਿਗੁਰ ਤਿਨ ਕਉ ਮੇਲੇ ਉਨ, ਜਿਨ ਤੁਰਮਸਤਕ ਭਾਗ ਲਿਖਾਏ, ਅੰਦਰ ਤਿਸਨਾ ਅੱਗ ਹੈ ਮਨ ਕੋ ਭੁੱਖ ਨਾ ਜਾਏ, ਮੋਹ ਕਣਮ ਸਭ ਕੂੜ ਹੈ ਕੂੜ ਰਹਿ ਲਪਟਾਏ, ਅੰਦਰ ਚਿੰਤਾ ਚਿੰਤ ਹੈ ਚਿੰਤ ਵੈ ਚਿੰਤਾ ਬੱਧਾ ਜਾਏ, ਜੰਮਣ ਮਰਨਾ ਚੁੱਕੇ ਹੋਮੇ ਕਰ ਘੁਮਾਏ, ਗੁਰੂ ਸਰਨਾਈ ਉਪਰੈ ਨਾਨਕ ਲੈ ਛਡਾਏ, ਸਤਿਗੁਰ ਪੁਰਖ ਹਰ ਧਿਆਨ ਦਾ ਸਤਸੰਗ, ਸਤਿਗੁਰ ਭਾਏ ਸਤਸੰਗ, ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ, ਇਹੋ ਪਉ ਜਲ ਜਗ ਸੰਸਾਰ ਹੈ ਗੁਰਬੋ ਇਤ ਨਾਮ ਤਰਾਏ, ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਵਿਗਤ ਪਾਏ, ਤੁਰਮਸਕਰ ਪ੍ਰਭ ਲਿਖਿਆ ਜਨ ਜਨ ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਵਿਦਾਰਿਆਂ ਹਰ ਦਰਗਹਿ ਲੈ ਛਡਾਏ, ਗੁਰਸਿੱਖਾਂ ਨੂੰ ਸਾਵਾਸ ਹੈ ਹਰ ਤੁੱਠਾ ਮੇਲ ਮਿਲਾਏ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਜਿਨ ਵਿੱਚੋਂ ਪਰਮ ਕੁਮਾਰ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਇਕ ਲਿਵਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਏ ਨਾ ਸਕਿਆ ਸੱਚੇ ਨਾ ਸਮਾਇਆ, ਸਭ ਆਪੇ ਭਾਵ ਵਰਤੇ ਕਰਤਾ ਜੋ ਭਾਵ ਹੈ ਸੋਨਾ ਹੀ ਲਾਇਆ, ਜਨ ਨਾਨਕ ਨਾਉ ਲੈ ਤਜੀਵੈ ਬਿਨ ਨਾਵੈ ਖਿਲ ਮਰ ਜਾਇਆ, ਮੰਤਰਮ ਹਉਮੈ ਰੋਗ ਭਰਮ ਭੂਲੈ ਹਉਮੈ ਸਾਗ ਦੁਰਜਨਾ, ਨਾਨਕ ਰੋਗ ਵਾਏ ਮਨ ਸਤਿਗੁਰ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੈ ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਤੀ ਹਰ ਰੰਗ ਚੋਲਾ ਹਰ ਜੈਸਾ ਪੁਰਖ ਨ ਲੱਭਈ, ਸਭ ਦੇਖਿਆ ਜਗਤ ਮੈਂ ਟੋਲਾ, ਗੁਰੂ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂ ਡੋਲੈ, ਜਨ ਨਾਨਕ ਹਰ ਕਾ ਦਾਸ ਹੈ ਗੁਰੂ ਸਤਿਗੁਰ ਕੇ ਗੁਲ ਗੋਲੇ, ਸਲੋਕ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸੀ ਜੇ ਮੁੱਖ ਨਾ ਮੁੜਨ, ਜਿਨੀ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਵਰੀ, ਜਿਨ੍ਹਾਂ ਕਾਰ ਨਾ ਆਈ ਤਣੀ ਵੀ ਹੋਣਾ ਪਾਟ ਪਟੰਬਰ ਪਾਈ, ਛੇਤੀ ਜਾਲੇ ਤੂੜੀ ਵਿੱਚ ਲੁੰਦਰੀ ਸੋਹਾ, ਨਾਨਕ ਤਹਿ ਸਹਿ ਨਾਲੇ, ਗੁਰ ਕਹਿ ਸਭ ਦੁਆਰਾ ਦੀਐ ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆਂ ਨਾਨਕ ਸਬਲ ਮਾਰੂ ਇਹੋ ਰਾਗ, ਜਾਊਂ ਏਕਤਾ ਲਾਗਤਾ ਉਹ ਜਿੱਤੀ ਪਿੰਨੜੇ ਦਰ ਕਿਤੜੇ, ਬਾਹਮਣ ਬਿਰਤਾ ਗਏ ਜਨਮ ਜਿਨ ਕੀਤੋ ਸੋ ਵਿਸਰੈ,
सोर सोरस पीजी है कब हुना फीका हो ही नानक राम नाम गुण गाई है दर गय निर्मल सोए जो प्रभ रख है आप तिन कोई न मारी अंदर नाम निदान सदा गुण सारी एक टेक गम मन तन प्रभ तारी लगा रंग पार को ना उतारी गुरमुख हर गुण गाए सहज सुख सारी नानक नाम निदान हृदय उराहारी करे सो चंगा मान दोई गणत लाहे अपनी नदर निहाल आपे लै हो लाहे जन देहो मति उपदेश विचों परम जाए जो तुर लिख्या लेख सोई सब कुमाए सब किस तिथे बस दूजी ना ही जाए नानक सुख आनंद पाए प्रभ की मन रजाए गुरपुरा जिन सिमरिया सही पै निहाल नानक नाम आराधना कर जिया वैरास पापी कर्म कुमाम दे कर दे हाय हाय नानक ज्यों मत नुमादानिया त्यों मथे धर्म राय नाम त्यान साजना जन्म पदार्थ जीत नानक धर्म ऐसे चवे की तो पवन पुनीत खुंबड़ी कुताए मिट्टी गलन कुमंत्रिया नानक से युबरेजना पाग मथाही सुतड़े सुखी सबन जो रत सह अपने प्रेम विशोहा तनी सो अठे पहर लवन सुतड़े असंख माया झूठी कारणे नानक से जागन जे रसना नाम उचारणे मिर्ग तिशना पेक फुलड़े बुठे नगर गंधर्व जिनी सच वरा दया नानक मन तन फब पात तो उदारण पार ब्रह्म समरथ पुरख उपार जिसे उदारे नानका सो सिमरे सिरजन हार दूजी छोट कवाटड़ी एक सिंच तलाए दूजे भावी नानका वह लड़ंदड़ी जड़ाए ते हटड़े बाजार सौदा करन बन जा रहा सच बखर जिनी लद्या से सचड़े पासार पंथा प्रेम न जानई भूली फिरै नानक हर विसराए कै दे नरक अंधियार माया मनोहु ना विसरै मांगे दमा दम सो प्रभ चित ना आवई नानक नहीं करम तिचर मूल ना थोड़ी दो जिचर आप कृपाल शब्द अखुट बाबा नानका आहे खर्च धन माल खंभ विकंदड़े जे लाहा ना सावी तोल तन जड़ाई आपने लहा सो सज्जन टोल सज्जन सच्चा पातशाह सिर साहा दैसाहो जिस पास वहटियां सोहिया सबना दावे साहो सज्जन सच्चा पातशाह सिर साहा दैसाहो जिस पास बैठिया सोहिया सबना दावे साहो एक ओंकार सतगुर प्रसाद श्लोक महला नौवा गुण गोविंद गायो नहीं जन्म अकारथ कीना कहो नानक हर पज जे विद जल कौ मीना विखियन स्यों काहे मख ना हो है उदास कहो नानक पज हर मना पर न जम की फास करना पो यों ही गयो लियो जरा तन जीत कहो नानक पज हर मना औद जात है बीत विरद पयो सूजै नहीं काल पहुँचो आ कौ नानक नर बाबरे यो न भजै भगवान तंदारा संपत सगल जिन अपनी कर मान इनमें कछ संगी नहीं नानक साची जान
पत तु उदारण पै हरण हर अनाथ के नाथ कहो नानक ते जानिया सदा बस्त तुम साथ तन तन जह को तौ दियो तास्यों ने हो न कीन कहो नानक नर वावरे अब क्यों डोलत दीन तन तन सौंपै सुख दियो हर जहनी के धाम कहो नानक सुन रे मना सिमरत काहे न राम सब सुख दाता राम है दूसर नाहिन कोए कहो नानक सुन रे मना ते सिमरत गत होए जे सिमरत गत पाईए ते बजरे ते मीत कहो नानक सुन रे मना औद कटत है नीत पांच तात को तन रचियो जानो चतुर सुजान जेते उपजियो नानका लीन ताहे मैं मान कट कट मैं हर जू बसै संतन कयो पुकार कहो नानक ते पज मना पौ निद उतरह पार सुख दुख जह परसै नहीं लोभ मोह अभिमान कहो नानक सुन रे मना सो मूरत भगवान उस्तत निंदया नाही जेहे कंचन लोह समान कहो नानक सुन रे मना मुक्त ताहे तै जान हरख सोग जाकै नहीं बैरी मीत समान कहो नानक सुन रे मना मुक्त ताहे तै जान पै काहू को देत नह नह पै मानत आन कहो नानक सुन रे मना ज्ञानी ताहे बखान जेह विख्या सगली तजी लियो पेख बैराग कहो नानक सुन रे मना तेह नर माथे पाग जह माया ममता तजी सब ते पयो उदास कहो नानक सुन रे मना ते कट ब्रह्म निवास जे प्राणी हम मैं तजी करता राम पछान कहो नानक बहु मुक्त नार ए मन साची मान पैनासन दुर्मत हरना कल मैं हर को नाम निस दिन जो नानक पजा सफल होए ते काम जिह वागुन गोबिंद पजहो करन सुनो हर नाम कहो नानक सुन रे मना परे नजम कै ताम जो प्राणी ममता तजै लोभ मोह अहंकार कहो नानक आपन तरै औरन लेत उधार ज्यों सुपना यार पेखना ऐसे जग को जान इनमें कछ साचो नहीं नानक बिन भगवान निस दिन माया कारणे प्राणी डोलत नीत कोटन मैं नानक को नारायण जह चीत जैसे जल ते बुद बुदा उपजै बिन सैनीत जग रचना तैसे रची कहो नानक सुन मीत प्राणी कशु न चेतई मद माया कै अंद कहो नानक बिन हर पजना करत ताहे जम फंद जो सो को चाहे सदा शरण राम की ले कहो नानक सुन रे मना दुर्लभ मानुख दे
माया कारण तावही मूरख लोग अजान कहो नानक बिन हर भजन बिरथा जन्म सिरान जो प्राणी निस दिन पजा रूप राम तेह जान हर जन हर अंतर नहीं नानक साची मान मन माया में फद रहयो बिसरयो गोविंद नाम कौ नानक बिन हर भजना जीवन कौने काम प्राणी राम न चेतई मद माया के अंध कौ नानक हर भजन वेन परत ताहे जम फंद सुख में बहु संगी पाए दुख में संग न कोए कौ नानक हर भज मना अंत सहाई होए जन्म जन्म पर मत फिरयो मिटयो न जम को त्रास कहु नानक हर भज मना निर्भय पावह बास जतन बहुत मैं कर रहयो मिटयो न मन को मान दुर्मत स्यों नानक भदयो राख लेहो भगवान बाल जुवानी अर विरद फुन तीन अवस्था जान कहु नानक हर भजन वेन बिरथा सब ही मान करनो हो तो सो ना कियो परे लोभ के बंद नानक समयो रम गयो अब क्यों रोवत अंद मन माया में रम रहयो निकसत नाहिन मीत नानक मूरत चितर जियो छाड़त नाहिन पीत नर चाहत कछ और की और पई चित वित रह उठ गौर नानक फासी गल परी जतन बहुत सुख के किए दुख को कियो न कोए कहु नानक सुन रे मना हर पावे सो होए जगत खारी फिरत है सबको दाता राम कहु नानक मन सिमरते पूरन हो वह काम झूठा मान कहां करे जग सुपने ज्यों जान इनमें कश तेरो नहीं नानक कहो बखान गर्व करत है देह को बिन से छिन मैं मीत जे प्राणी हर जस कहयो नानक ते जग जीत जे कट सिमरन राम को सो नर मुक्ता जान ते नर हर अंतर नहीं नानक साची मान एक भगत भगवान जे प्राणी के नाहे मन जैसे सुकर स्वान नानक मानो ताहे तन स्वामी को गृह ज्यों सदा स्वान तजत नहीं नित नानक ए विद हर पजो एक मन होए एक चित तीर्थ वर्त अर दान कर मन में तरे गुमान नानक ने फल जात ते जो कुंचर इशनान सिर कंप्यो पग डग मगे नैन जोत ते हीन कहु नानक ए बिद पई कहु नहर रसलीन निज कर देख्यो जग तुम्हें को काहू को नाहे नानक तेरा हर भगत है तेरा खो मन माहे जग रचना सब झूठ है जान ले हो रे मी कह नानक तेर नार है ज्यों बालू की पीत राम गयो रावण गयो जाको बहु परवार
ਕਹੋ ਨਾਨਕ ਥਿਰ ਕਛ ਨਹੀਂ। ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਜੀਆ, ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜੋ ਪਜਿਓ ਸੋ ਬਿਨ ਸੁਹਾ, ਪਰੋ ਅੱਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ ਦੋਹਰਾ, ਬਲ ਸ਼ੁਕਿਓ ਬੰਧਨ ਪਰੇ, ਕਛੂ ਨ ਹੋਤ ਉਪਾਏ। ਕਹੁ ਨਾਨਕ ਅਵਿਓਟ ਹਾਰ, ਗਜ ਜਿਉ ਹੋ ਸਹਾਏ, ਬਲ ਹੁਆ ਬੰਧਨ ਛੁਟੈ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਹੀ ਹੋਤ ਸਹਾਇ, ਸੰਗ ਸਖਾ ਸਭ ਤਜ ਗਏ, ਕੋ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੈਂ, ਏਕ ਏਕ ਰਘੁਨਾਥ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ, ਰਾਮ ਨਾਮ ਔਰ ਮੈਂ ਗਹਿਓ, ਜਾਂ ਕੈ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ ਔਰ ਮੈਂ ਗਹਿਓ, ਜਾਂ ਕੈ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਵੇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਧਰੀਐ, ਨਾਨਕ ਬ੍ਰਹਮ ਸਾਰੋ। ਸਲੋਕ ਮਹੱਲਾ ਪੰਜਵਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ। ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗੀਕ ਸੰਗ ਪੰਚ ਬਰੰਗਨ ਸੰਗ ਅਲਾਪੈ ਆਠੂ ਨੰਦਨ ਪ੍ਰਥਮ ਰਾਗ ਪੈਰੂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੁਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨ ਅਸਲੇ ਕੀ ਪਈ ਬਾਰੀ ਇਹ ਪੈਰੂ ਕੀ ਪੰਚੋ ਨਾਰੀ ਪੰਚਮ ਹਰਖ ਸਾਖ ਸੁਨਾਵੈ ਬੰਗਾਲਮ ਮਦ ਮਾਧਵ ਗਾਵੈ ਲਲਿਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਸਕ ਅਲਾਪੈ ਸੰਗ ਰਾਗਨੀ ਪੰਚੋ ਥਾਪੈ ਗੂੰਡ ਕਰੀ ਅਰਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਬਲ ਚੰਡ ਕੌਸਕ ਉਬਾਰਾ ਖੋਖਟ ਔ ਬਹੁ ਰਾਨਦ ਗਾਈ ਅਸ਼ਟ ਮਾਲ ਕੌਸਕ ਸੰਗ ਲਾਈ ਪੁਨ ਆਯੋ ਹਿੰਡੋਲ ਪੰਚ ਨਾ ਸੰਗ ਅਸ਼ਟ ਸੁਰਤ ਉੱਠੀ ਤਾਨ ਕਲੋਲ ਗਾਇਨ ਤਾਰ ਮਿਲਾ ਵਹੀ ਤੇ ਲੰਗੇ ਦੇਵ ਕਰਿਆਈ ਬਸੰਤੀ ਸੰਧੂਰ ਸੁਹਾਈ
ਸਰਸ ਅਹੀਰੀ ਲੈ ਭਰ ਜਾ ਸੰਗਲਾਈ ਪੰਚੋ ਵਾਰ ਜਾ ਸੁਰਮਾ ਆਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲ ਸੁਹਾਈ ਸਰਸ ਬਾਨ ਅਹੁ ਆਹੀ ਬਨੁਦਾ ਗਾਵੈ ਸਰਸ ਬਸੰਤ ਕਮੁਦਾ ਅਸ਼ਟ ਪੁੱਤਰ ਮੈਂ ਕਹੀ ਸਵਾਰੀ ਪੁਨਿਆਈ ਦਿਵ ਕੀ ਬਾਰੀ ਕਸ਼ਿਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਉਹ ਗੁਜਰੀ ਸੰਗ ਦਿਵ ਕੇ ਥਾਪ ਕਾਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪ ਕੇ ਨਾਮਾ ਗੌਰਾ ਔਕਾਂ ਰੱਖ ਲਿਆਨਾ ਅਸ਼ਟ ਪੁੱਤਰ ਦੀਪ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਬਰੀ ਗਾਵੈ ਅਸਾਬਰੀ ਤੇ ਪਾਸ਼ੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੂਰਠ ਗੁੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੇ ਸੁਰ ਸੁਹੂ ਪੁਨ ਕਿੰਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔਜਲ ਤਾਰਾ ਪੁਨ ਗਾਵੈ ਸੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਵੀ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੈਸ ਸਿਆਣਪ ਲਖ ਹੋਈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹੀ ਦੇਹੀ ਦਾਤ ਕਰੀ ਦਾਤਾਰ ਹੀਰ ਕੇ ਅੱਗੇ ਰੱਖੀਐ ਜਿਤ ਦਸੈ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ
सो मैं विसर ना जाई, गुरा एक देह बजाई, सबना जिया का एक दाता, सो मैं विसर ना जाई। राम कली महला तीजा, आनंद ओंकार सतगुर प्रसाद, आनंद पया मेरी माई, सतगुरु मैं पाया, सतगुर ता पाया सहज सेती, मन वजिया वधाइया, राग रतन परवार परिया, शब्द गावण आईया, शब्दों तां गाव हरी के रा, मन जने वसाया, कह नानक आनंद हुआ, सतगुरु मैं पाया, ए मन मेरिया तू सदा रहो, हर नाले हर नाल रहो तू मन मेरे, दुख सब विसारना, अंगीकार ओह करे तेरा, कारज सब सवारना, सबना गलां समरथ स्वामी, सुख मनोबसारी, कह नानक मन मेरे, सदा रहो हर नाले, साचे साहिबा क्या नाही, कर तेरा करता तेरा सब किश है, जिस दी सो पावे सदा सिफत सलाह तेरी, नाम मन वसावी, नाम जिनकै मन वसिया, बाजे शब्द कनेरे, कह नानक सच्चे साहिब क्या नाही, कर तेरा साचा नाम मेरा आधारू, साच नाम आधार मेरा, जिन भुखा सब गवाईया, कर सांत सुख मन आए वसिया, जिन इच्छा सब पुजाइया, सदा कुरबान कीता गुरु बेटो, जिस दिया ए वडियाईया, कह नानक सुनो संतो, सब तरो प्यारू, साचा नाम मेरा आधारू, बाजे पंच सब तित घर सभागै, घर सभागै शब्द बाजी, कला जित कर धारिया, पंच दूत तुद बस कीते, काल कंटक मारिया, दुर्कर्म पाया तुद जिन कहो, से नाम हर कै लागे, कह नानक तै सुख हुआ, तित कर अनहद बाजे, आनंद सुनो बड भागी हो, सगल मनोरथ पूरे, पार ब्रह्म प्रपाया उतरे सगल वसूरे, दुख रोग समता पुतरे, सुने सच्ची बाणी, संत साजन पई सरसे, पूरे गुरते जानी, सुनते पुनीत कहते पवित, सतगुर हया पर पूरे, बिनवंत नानक गुर चरण लागे, बाजे अनहद तूरे, सलोक पवन गुरु पाणी पिता माता तरत महत, दिवस रात दुई दाई दाया, खेलै सगल जगत, चंगियाईया बुरियाईया, बचै धर्म हदू, करमी आपू अपनी के नेड़ के, जिनी नाम त्याय गए मसकत का, नानक ते मुख उजले केते छुटे, जिनी नाम ते आया गए मसकत का, नानक ते मुख उजले केते छुटे, वाहे खालसा वाहे गुरु जी की फतेह। तुमरायंत उचेतेयो, सगल समग्री तुमर सुतर तारी, तुम ते हो सो तुमरी गात मित, तुम ही जानी नानक दास, तुमरी गत मित, तुम ही जानी नानक दास, तो आगे अरदास मारी, जियो पिंड सब तेरा, कहो नानक सब तेरी वडियाई, कोई नाम ना जाने मेरा, तीने ताप निवारन हारा, दुखंता सुखरास, ताको बिघन ना कहो लागै, जाकी प्रभागे अरदास, अरदास एक ओंकार, श्री वाहिगुरु जी की फतेह, श्री भगवती जी सहाय वार, श्री भगवती जी की पातशाही दसवीं, प्रथम भगवती सिमर कै, गुरु नानक लई त्याए, फिरंगद गुरते अमरदास, रामदास होए सहाय, अर्जन हर गोविंद नाम, सिमरो श्री हर राय, श्री हर कृष्ण त्याय, जिस डिठे सब दुख जाए, तेग बहादुर सिमरै कर नौन दयावै ताए, सब थाई होए सहाय, दसवें पातशाह
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਜੋ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾਤਿਆਂ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਭਾਈਆਂ ਚਰਖੜੀਆਂ ਤੇ ਚੜਿਆਰਿਆਂ ਤਨ ਚਰਾਏ ਸਿੱਖੀ ਸਿਦਕ ਕੇਸਾਂ ਸੁਬਾਸਾਂ ਸੰਗ ਨਵਾਈ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰੁਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਵਾਹਿਗੁਰੂ ਹੇ ਕਾਲ ਪੁਰਖ ਮਹਾਰਾਜ ਜੀਓ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸਮੂਹ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ ਜੀ ਹੇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀਓ ਸ਼ਬਦ ਗੁਰੂ ਚਵਰ ਤਖ ਦੇ ਮਾਲਕ ਜੀ ਆਪ ਜੀ ਦੇ ਹਜ਼ੂਰ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਦਰ ਘਰ ਦੇ ਸੇਵਾਦਾਰ ਅਫਗਾਨਿਸਤਾਨ ਦੀ ਸਮੂਹ ਸਿੱਖ ਸੰਗਤ ਵੱਲੋਂ ਅਤੇ ਮੈਲਬੋਰਨ ਦੀ ਸਿੱਖ ਸਮੂਹ ਸੰਗਤ ਵੱਲੋਂ ਸੱਚੇ ਪਿਤਾ ਜੀ ਰਲ ਮਿਲ ਕੇ ਆਪ ਅਫਗਾਨਿਸਤਾਨ ਵਿੱਚ ਜੋ ਸੱਚੇ ਪਿਤਾ ਜੀ ਬੰਬ ਧਮਾਕੇ ਵਿੱਚ ਜੋ ਸਿੰਘ ਸ਼ਹੀਦ ਹੋਏ ਨੇ ਤਿਨ੍ਹਾਂ ਦੀ ਯਾਦ ਵਿੱਚ ਸੱਚੇ ਪਿਤਾ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਦਰ ਘਰ ਦੇ ਸੇਵਾਦਾਰ ਮੈਲਬੋਰਨ ਦੀ ਸੰਗਤ ਵੱਲੋਂ ਸੱਚੇ ਪਿਤਾ ਜੀ ਉਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਪ੍ਰਾਰੰਭ ਕਰਾਈ ਸੀ ਸੱਚੇ ਪਿਤਾ ਜੀ ਆਪ ਜੀ ਦੀ ਕਿਰਪਾ ਬਖਸ਼ ਦੁਆਰਾ ਸੰਪੂਰਨਤਾ ਹੋਈ ਹੈ ਭੋਗ ਪਾਏ ਗਏ ਨੇ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਜੋ ਅਫਗਾਨਿਸਤਾਨ ਵਿੱਚ ਸੱਚੇ ਪਿਤਾ ਜੀ ਉਹ ਸਿੰਘ ਸ਼ਹੀਦ ਹੋਏ ਨੇ ਤਿਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਸੱਚੇ ਪਿਤਾ ਜੀ ਉਹ ਸਮੂਹ ਸਿੱਖ ਸੰਗਤ ਨੂੰ ਭਾਣਾ ਮਿੱਠਾ ਕਰਕੇ ਮੰਨਣ ਦੇ ਵੱਲ ਉਦਮ ਬਖਸ਼ਿਸ਼ ਕਰਨੀ ਸੱਚੇ ਪਿਤਾ ਜੀ ਇਸੇ ਤਰ੍ਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਦੇਸਾਂ ਪ੍ਰਦੇਸਾਂ ਵਿੱਚ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਜੀ ਸਿੱਖ ਸੰਗਤ ਦੇ ਸਿਰ 'ਤੇ ਮੈਂ ਰਹਿਮਤ ਪ੍ਰਯਾਤ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰੋ ਸੱਚੇ ਪਿਤਾ ਜੀ ਹਰ ਪ੍ਰਕਾਰ ਦੀ ਰੱਖਿਆ ਕਰੋ ਜੀ ਆਪਣੇ ਦਰ ਘਰ ਦਾ ਪਿਆਰ ਗੁਰਸਿੱਖੀ ਵਾਲੇ ਜੀਵਨ ਬਖਸ਼ਿਸ਼ ਕਰਨੇ ਜੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਿਤਾ ਜੀ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਜੀ ਇਸੇ ਤਰ੍ਹਾਂ ਸਰਬੱਤ ਦਾ ਭਲਾ ਕਰੋ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰੋ ਜੀ ਦਰ ਘਰ ਦੇ ਸੇਵਾਦਾਰ ਮੈਲਬੋਰਨ ਦੀ ਸਿੱਖ ਸੰਗਤ ਵੱਲੋਂ ਸੱਚੇ ਪਿਤਾ ਜੀ ਉਹ ਤਿੰਨੇ ਹੀ ਦਿਨ ਆਪ ਜੀ ਦੇ ਦਰ ਘਰ ਦੀ ਸੇਵਾ ਆਪ ਜੀ ਦੀਆਂ ਸੰਗਤਾਂ ਦੀ ਸੇਵਾ ਲੰਗਰਾਂ ਦੇਗਾਂ ਦੁਆਰਾ ਸੇਵਾ ਕੀਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸੇਵਕਾਂ ਦੀ ਕੀਤੀ ਹੋਈ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਜੀ ਲੇਖੇ ਵਿੱਚ ਲਾਉਣੀ ਇਸੇ ਤਰ੍ਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਬੱਚਿਆਂ ਦੇ ਸਿਰ 'ਤੇ ਮੈਂ ਰਹਿਮਤ ਪ੍ਰਯਾਤ ਰੱਖਣਾ ਜੀ ਬੱਚਿਆਂ ਨੂੰ ਗੁਰੂ ਘਰ ਦੇ ਪ੍ਰੇਮੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਜੀ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਗੁਰਸਿੱਖੀ ਵਾਲੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਇਸੇ ਤਰ੍ਹਾਂ ਖਾਲਸਾ ਪੰਥ ਦੇ ਸਿਰ 'ਤੇ ਮੈਂ ਰਹਿਮਤ ਪ੍ਰਯਾਤ ਰੱਖਣਾ ਜੀ ਖਾਲਸਾ ਪੰਥ ਨੂੰ ਆਪਸ ਵਿੱਚ ਹੀ ਇਤਫਾਕ ਪਿਆਰ ਬਖਸ਼ਿਸ਼ ਕਰਨਾ ਜੀ ਆਪ ਕਿਰਪਾ ਕਰਨੀ ਬਖਸ਼ਿਸ਼ ਕਰਨੀ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਸੱਚੇ ਪਿਤਾ ਜੀ ਉਹ ਦਰ ਘਰ ਦੇ ਸੇਵਾਦਾਰ ਭਾਠੀ ਸਿੰਘਾਂ ਕੋਲੋਂ ਆਪ ਜੀ ਦੀ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦੌਰਾਨ ਆਪ ਜੀ ਦੀ ਹਜ਼ੂਰੀ ਵਿੱਚ ਬੈਠਦਿਆਂ ਉੱਠਦਿਆਂ ਦੌਰਾਨ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ ਅੱਗੇ ਵਾਸਤੇ ਸ਼ੋਤੇ ਸਪਾਸ਼ਟ ਗੁਰਬਾਣੀ ਪੰਨ ਸੁਣ ਦੀ ਸਮੱਤ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਗੁਰਬਾਣੀ ਸਾਧ ਸੰਗਤਾਂ ਦੇ ਦਾਸਰਿਆਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਿਤਾ ਜੀ ਉਹ ਦਰ ਘਰ ਦੇ ਸੇਵਾਦਾਰਾਂ ਕੋਲੋਂ ਆਪ ਜੀ ਦੇ ਦਰ ਘਰ ਦੀ ਸੇਵਾ ਕਰਦਿਆਂ ਦੌਰਾਨ ਜਾਣੇ ਅਣਜਾਣੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ
ਅੱਗੇ ਵਾਸਤੇ ਆਪਣੇ ਦਰ ਘਰ ਦੀ ਸੇਵਾ ਪਿਆਰ ਸਤਿਕਾਰ ਸਹਿਤ ਨਿਮਰਤਾ ਸਹਿਤ ਭਾਵਨੀ ਸਹਿਤ ਕਰਨ ਦੇ ਵੱਲ ਤੋਂ ਬਖਸ਼ਿਸ਼ ਕਰਨੀ ਜੀ। ਦਰ ਘਰ ਦੀ ਸਿੱਖ ਸੰਗਤ ਮੈਲਬੋਰਨ ਦੀ ਸਿੱਖ ਸੰਗਤ ਵੱਲੋਂ ਸੱਚੇ ਪਿਤਾ ਜੀ ਉਹ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭੇਟਾ ਹਾਜ਼ਰ ਕਰਦੇ ਨੇ ਜੀ। ਹੋਰ ਜੋ ਜੋ ਸੇਵਾਵਾਂ ਆਪ ਜੀ ਦੇ ਦਰਬਾਰ ਵਾਸਤੇ ਕਰਦੇ ਨੇ ਆਪ ਜੀ ਨੇ ਲੇਖੇ ਵਿੱਚ ਲਾਉਣੀਆਂ ਜੀ, ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਜੀ। ਆਪ ਜੀ ਦੀਆਂ ਬਖਸ਼ੀਆਂ ਰਸਤਾਂ ਵਸਤਾਂ ਵਿੱਚੋਂ ਆਪ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਅਨ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਇਆ, ਭੋਗ ਲਾਭ ਭੋਗ ਲੱਗਿਆ ਪ੍ਰਸ਼ਾਦ। ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ ਜੀ। ਆਪ ਕਿਰਪਾ ਕਰੋ, ਬਖਸ਼ਿਸ਼ ਕਰੋ ਜੀ, ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਪਰਿਵਾਰਾਂ ਨੂੰ ਕਿਰਤਾਰਥ ਕਰੋ ਜੀ, ਅਤੇ ਸ਼ਾਮਾਂ ਦੇ ਆਉਣ ਵਾਲੇ ਕੀਰਤਨ ਦੀਵਾਨ ਸਮਾਗਮ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਸਾਰੀਆਂ ਹੀ ਸੇਵਾਵਾਂ ਆਪਣੇ ਸੇਵਾਦਾਰਾਂ ਕੋਲੋਂ, ਪਰਿਵਾਰਾਂ ਕੋਲੋਂ, ਸੰਗਤਾਂ ਕੋਲੋਂ ਆਪ ਸੰਪੂਰਨ ਕਰਾਉਣੀਆਂ ਜੀ। ਸੇ ਗੁਰਮ ਪਿਆਰੇ ਮਿਲਾਉਣੇ, ਜਿਨ੍ਹਾਂ ਮਿਲਿਆ ਸਵਾ ਸਵਾ ਸਾਹਿਬ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ। ਬੋਲ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਬਣੀਐ, ਆਏ ਬਸੈ ਸਾਧੂ ਕੈ ਸੰਗੇ, ਅਨਦਨ ਨਾਮ ਧਿਆਵੈ ਰੰਗੇ, ਆਵਤ ਸੋ ਜਨਾਮੇ ਰਾਤਾ, ਜਾ ਕੋ ਦਇਆ ਮਇਆ ਬਿਰਦਾਤਾ, ਇੱਕ ਆਵਨ ਫਿਰ ਜੋਨ ਨ ਆਇਆ, ਨਾਨਕ ਹਰ ਕੈ ਦਰਸ ਸਮਾਇਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ, ਹੋਵੈ ਸਿਫਤ ਕਸੰਨ ਦੀ ਨੂਰ ਅਰਸੋ ਕੁਰਸੋ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ, ਸਿਰਸਾਂ ਦੈ ਸਾਹੂ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ।
सोरठ महला पंजवा जी जंतर सब तिसके किए सुई संत सहाई अपने सेव की आपे रख पूर्ण भई बढ़ाई जी जंतर सब तिसके किए सोई संत सहाई अपने सेव की आपे रख पूरन भई बढ़ाई पार ब्रह्म पूरा मेरा नाल गुरपूरा पूरी सब राखी होए सर्ब दयाल रहाउ अन दिन नानक नाम त्याई जी प्राण का दाता अपने दास को कंठ लाए रखै ज्यों बारक पित माता अन दिन नानक नाम त्याई जी प्राण का दाता अपने दास को कंठ लाए रखै ज्यों बारक पित माता वाहिगुरु जी का खालसा वाहिगुरु जी की फतेह। परम सत्कार योग सतगुरां दी साजी नवाजी सात संग जीओ जो परसों रोज तो सतगुरु गरीब नवाज पातशाह जी दे प्यारे जो अफगानिस्तान दे विच बंब दे धमाके होण ते शहीद होए हन तिन्हां दे निवेत मेलबोर्न और जो होर साध संग जी समूह संगतां ने मिल करके परसों रोज तो श्री खंड पाठ साहिब प्रारंभ करवाए सन सतगुरां दी आग्या पा करके आदि तो मध्य मध्य तो संपूर्ण इस वेले भोग पाए गए हैं। उपरंत गुरु के चरणों में अरदास बेनती सतगुरु पातशाही का हुक्म आप जी ने सरवण किया है। शहीदां दे सरदार श्री गुरु अर्जन देव जी महाराज पावन पवित्र हुक्मनामे दे अंदर समूह संगतां नूं सानूं सारिआं नूं उपदेश बख्शिश करदे हन। सोलठ महला पंजवा सोलठ साध सिंह जी रागनी है सतगुरां ने इस नूं राग दा रुतबा बख्शिश कीता गुरु ग्रंथ साहिब दे अंदर। महला पंजवा दा भाव है कि पंजवें पातशाह श्री गुरु अर्जन देव जी सो जी जंतर सब तिसके किए सोई संत सहाई पहली ही पंक्ति में सतगुरु पातशाह जी परमात्मा परमेश्वर की वडियाई करते हुए वचन करते हैं कि जिन्हें भी जी जंतर जी जड़े साध संग जी स्थूल हैं स्थूल तो भाव जड़े वड्डे हैं ते जंतर जड़े सूखम हैं सूखम तो भाव जड़े छोटे हैं कीड़ी तो लै करके हाथी तक जिन्हें भी वड्डे ते छोटे हैं सारे ही उस परमात्मा परमेश्वर दे कीते हुए हैं बनाए हुए हैं। कोई भी ऐसा नहीं जिहड़ा कहे कि मैनू परमात्मा ने नहीं बनाया। सारयां दा करता उन्हां नूं करन वाला परमात्मा परमेश्वर है। ते गुरु पंजवें पातशाह कहिंदे गुरमुखो सोई संत सहाई उही परमात्मा अपने संतां दा अपने प्यारयां दा भगतां दा सहाई सहायता करन वाला है उन्हां दी सहायता करदा है। अगे पातशाह जी वचन करदे अपने सिर की आपे रखै पूर्ण भई बढ़ाई। आपां कई बार ये सोचते हैं भी गुरु का सिख परमात्मा दा भगत जां संत
ਉਹਦੇ 'ਤੇ ਦੁੱਖ ਕਿਉਂ ਆਉਣਾ ਕਰਦੇ, ਉਹਨੂੰ ਕਸ਼ਟ ਕਿਉਂ ਆਉਣਾ ਕਰਦੇ ਹੈ, ਉਹਨੂੰ ਸਰੀਰ ਕਰਕੇ ਇੰਨੀਆਂ ਜਿਹੜੀਆਂ ਮੁਸ਼ਕਲਾਂ ਕਿਉਂ ਝੱਲਣੀਆਂ ਪੈਂਦੀਆਂ, ਇੰਨੀਆਂ ਕੁਰਬਾਨੀਆਂ ਕਿਉਂ ਦੇਣੀਆਂ ਪੈਂਦੀਆਂ। ਆਪਾਂ ਸੋਚਦੇ ਵੀ ਇਹਦਾ ਭਾਵ ਕਿ ਨਾਮ ਜਪਣ ਦਾ ਕੋਈ ਫਾਇਦਾ ਨਹੀਂ, ਵੀ ਐਵੇਂ ਇੰਨੇ ਭਗਤ ਜਨ ਨਾਮ ਜਪਦੇ ਆ, ਇੰਨੇ ਸੰਤ ਜਨ ਗੁਰਸਿੱਖਾਂ ਨੇ ਨਾਮ ਵੀ ਜਪਿਆ, ਸਿਮਰਨ ਕੀਤਾ, ਪਰ ਵਾਹਿਗੁਰੂ ਨੇ ਉਹਨਾਂ ਦੀ ਰੱਖਿਆ ਕਿਉਂ ਨਾ ਕੀਤੀ। ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ੁਰ ਪਰਮਾਤਮਾ ਗੁਰਮੁਖੋ ਆਪਣੇ ਸੇਵਕੀ ਆਪੇ ਰੱਖੇ, ਆਪਣੇ ਸੇਵਕ ਦੀ ਆਪ ਰੱਖਿਆ ਕਰਨਾ ਕਰਦਾ ਹੈ। ਜੇ ਕਿਤੇ ਕਿਸੇ ਨੂੰ ਕੋਈ ਕੁਰਬਾਨੀ ਵੀ ਦੇਣੀ ਪੈਂਦੀ ਹੈ ਸਰੀਰ ਕਰਕੇ ਜਾਂ ਸਾਧ ਸੰਗ ਜੀ ਧਨ ਕਰਕੇ ਮਨ ਕਰਕੇ, ਜਾਂ ਉਹਦੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਵੀ ਆਉਣਾ ਕਰਦੀ ਹੈ, ਜਾਂ ਉਸ ਨੂੰ ਕੋਈ ਜਿਹੜਾ ਹੈ ਮੁਸੀਬਤ ਦੁੱਖ ਆਉਣਾ ਕਰਦਾ ਕਿਸੇ ਵੀ ਪ੍ਰਕਾਰ ਦਾ, ਤਾਂ ਪਰਮਾਤਮਾ ਤਾਂ ਵੀ ਆਪਣੇ ਸੇਵਕ ਦੀ ਰੱਖਿਆ ਹੀ ਕਰਦਾ ਹੈ। ਪੂਰਨ ਭਈ ਵਡਾਈ, ਕਿਉਂਕਿ ਪਰਮਾਤਮਾ ਜਦੋਂ ਆਪਣੇ ਪਿਆਰੇ ਦੇ ਉੱਤੇ ਕਿਰਪਾ ਕਰਦਾ ਹੈ, ਉਹਦੀ ਰੱਖਿਆ ਕਰਦਾ ਹੈ, ਉਹਦੀ ਜਿਹੜੀ ਵਡਿਆਈ ਹੈ ਪੂਰਨ ਸੰਸਾਰ ਹੋਣਾ ਕਰਦੀ। ਪੂਰਨ ਵਡਿਆਈ ਉਹ ਹੁੰਦੀ ਜਿਹੜੀ ਸਾਰੇ ਸੰਸਾਰ ਦੇ ਵਿੱਚ ਹੋ ਜਾਣਾ ਕਰੇ। ਸਤਿਸੰਗ ਜੀ, ਸੰਸਾਰ ਦੇ ਅੰਦਰ ਬਹੁਤ ਸਾਰੇ ਲੋਕ ਪੈਦਾ ਹੋਣਾ ਕਰਦੇ ਅਤੇ ਬਹੁਤ ਸਾਰੇ ਲੋਕ ਰੋਜ਼ ਹੀ ਮਰਨਾ ਕਰਦੇ ਆ, ਰੋਜ਼ ਹੀ ਜਨਮਦੇ ਆ, ਰੋਜ਼ ਮਰਦੇ ਆ, ਬੇਅੰਤ ਲੋਕ ਜਿਹੜਾ ਹੈ ਮਰਨਾ ਕਰਦੇ ਆ, ਪਰ ਉਹਨਾਂ ਦੀ ਕੋਈ ਵਡਿਆਈ ਨਹੀਂ ਕਰਨਾ ਕਰਦਾ। ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਵੀ ਫਲਾਨੇ ਜਿਹੜਾ ਇਸ ਤਰ੍ਹਾਂ ਚੜ੍ਹਾਈ ਕਰਕੇ ਮਰ ਗਏ। ਹੋ ਸਕਦਾ ਉਹਨਾਂ ਦੇ ਇੱਕ ਦੋ ਚਾਰ ਪਰਿਵਾਰਾਂ ਦੇ ਵਿੱਚ ਗੱਲ ਰਹਿ ਜਾਣਾ ਕਰਦੀ ਹੈ, ਪਰ ਜਿਹੜੇ ਗੁਰੂ ਕੇ ਸਿੱਖ ਹਨ, ਨਾਮ ਜਪਦੇ, ਬਾਣੀ ਪੜ੍ਹਦੇ, ਸਿਮਰਨ ਕਰਦੇ ਆ, ਜੇ ਕਿਤੇ ਉਹ ਸਾਧ ਸੰਗ ਜੀ ਸਮਾਜ ਦੇ ਵਾਸਤੇ, ਪੰਥ ਦੇ ਵਾਸਤੇ, ਆਪਣੇ ਧਰਮ ਵਾਸਤੇ ਕੋਈ ਕੁਰਬਾਨੀ ਕਰ ਦੇਣਾ ਕਰਦੇ ਆ, ਉਹਨਾਂ ਦੀ ਵਡਿਆਈ ਜਿਹੜਾ ਹੈ ਦੇਸਾਂ ਦਸਾਂਤਰਾਂ ਦੇ ਵਿੱਚ ਹੋਣਾ ਕਰਦੀ ਹੈ, ਸਾਰਿਆਂ ਥਾਵਾਂ 'ਤੇ ਹੁੰਦੀ ਹੈ। ਹੁਣ ਆਪਾਂ ਵੇਖਦੇ ਵੀ ਸਿੱਖ ਤਾਂ ਜਿਹੜੇ ਸਿੱਖ ਸਾਧ ਸਿੰਘ ਜੀ ਚੜ੍ਹਾਈ ਕਰ ਗਏ ਅਫਗਾਨਿਸਤਾਨ ਦੇ ਵਿੱਚ, ਪਰ ਉਹ ਕੋਈ ਚੰਗਾ ਕੰਮ ਕਰਨ ਵਾਸਤੇ ਜਾ ਰਹੇ ਸੀ, ਉਹ ਕੋਈ ਭਲੇ ਦਾ ਕੰਮ ਕਰ ਰਹੇ ਸੀ, ਉਹਨਾਂ ਦੀ ਭਾਵਨਾ ਚੰਗੀ ਸੀ, ਜਿਸ ਕਰਕੇ ਵੇਖੋ ਵੀ ਕਦੇ ਐਸਾ ਹੋਇਆ ਵੀ ਉੱਥੇ ਮਰਨ ਵਾਲੇ ਤਾਂ ਬਹੁਤ ਮਰਦੇ ਆ, ਪੰਜਾਬ 'ਚ, ਪਾਕਿਸਤਾਨ 'ਚ ਕਿੰਨੇ ਮਰ ਰਹੇ ਆ, ਅਫਗਾਨਿਸਤਾਨ ਪਹਿਲਾਂ ਵੀ ਕਿੰਨੇ ਮਰ ਰਹੇ ਲੋਕ, ਪਰ ਉਹਨਾਂ ਦੇ ਪਾਠ ਇੱਥੇ ਹੋ ਰਹੇ ਆ। ਇਹ ਵਡਿਆਈ ਹੈ ਨਾ ਵਾਹਿਗੁਰੂ ਨੇ ਦਿੱਤੀ ਉਹਨਾਂ ਨੂੰ, ਉਹਨਾਂ ਨੂੰ ਮਾਰ ਰਹੇ ਵਡਿਆਈ ਦੇਣੀ। ਹੁਣ ਵੇਖੋ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਗੁਰੂ ਨਾਨਕ ਸਾਹਿਬ ਦੇ ਦੋ ਸਾਹਿਬਜ਼ਾਦੇ ਆ, ਗੁਰੂ ਅੰਗਦ ਸਾਹਿਬ ਜੀ ਦੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਦੋ ਸਾਹਿਬਜ਼ਾਦੇ ਆ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਆ, ਪਰ ਅਰਦਾਸ ਵਿੱਚ ਆਪਾਂ ਚਾਰ ਸਾਹਿਬਜ਼ਾਦਿਆਂ ਦਾ ਨਾਮ ਲੈਂਦੇ। ਕਿਉਂ? ਕਿਉਂਕਿ ਉਹਨਾਂ ਨੇ ਕੁਰਬਾਨੀ ਕੀਤੀ, ਉਹਨਾਂ ਦਾ ਨਾਂ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਵਡਿਆਈ ਬਣ ਗਈ। ਵਾਹਿਗੁਰੂ ਪਰਮਾਤਮਾ ਆਪਣੇ ਸੇਵਕਾਂ ਦੀ ਹਰ ਪਾਸੋਂ ਜਿਹੜਾ ਰੱਖਿਆ ਕਰਨਾ ਕਰਦਾ ਹੈ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਰੱਖਿਆ ਹੀ ਕਰਦਾ ਹੈ। ਜੇ ਸਾਡੇ ਕੋਲ ਵੱਡੀ ਤੁਹਾਡੀ ਕੁਰਬਾਨੀ ਕਰਾ ਦੇਣਾ ਕਰਦਾ, ਤਾਂ ਉਹ ਵੀ ਸੇਵਾ ਹੀ ਕਰਾਉਂਦਾ, ਉਹ ਹੈ ਤਾਂ ਉਹ ਵੀ ਸੇਵਾ ਹੀ ਹੈ। ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ, ਆਪਾਂ ਸੋਚਦੇ ਵੀ ਲੰਗਰ ਵਿੱਚ ਸੇਵਾ ਕਰਨੀ ਤਾਂ ਸੇਵਾ ਮੰਨੀ ਜਾਂਦੀ ਹੈ, ਕੋਈ ਖੰਡ ਪਾਠ ਕਰਵਾਇਆ ਜੀ ਖੰਡ ਪਾਠ ਦੀ ਸੇਵਾ ਕਰਵਾਈ, ਕੋਈ ਕੀਰਤਨ ਕਰਵਾਇਆ ਕੀਰਤਨ ਦਰਬਾਰ ਕਰਵਾਇਆ ਉਹਦੀ ਸੇਵਾ ਹੋਈ, ਗੁਰਦੁਆਰੇ ਸੇਵਾ ਹੋਈ, ਪਰ ਜਿਹੜਾ ਬੰਦਾ ਮਰ ਗਿਆ ਉਹ ਕਾਹਦੀ ਸੇਵਾ ਕਰਕੇ ਆਪਾਂ ਖੋਜਦੇ? ਪਰ ਜਿਹੜੇ ਸਾਧ ਸੰਗਤ ਜੀ ਮਰਨ ਵਾਲੇ ਆ, ਉਹ ਵੀ ਦੇਸ਼ ਦੀ, ਧਰਮ ਦੀ, ਜਿਹੜਾ ਹੈ ਪੰਥ ਦੀ, ਆਪਣੇ ਦੀ ਸੇਵਾ ਕਰਦੇ, ਸਮਾਜ ਦੀ ਸੇਵਾ ਕਰਦੇ ਆ। ਉਹ ਸੇਵਾ ਕਰਦਿਆਂ ਵੀ ਜੇ ਕੋਈ ਚੜ੍ਹਾਈ ਕਰ ਜਾਣਾ ਕਰਦਾ ਨਾ, ਅਤੇ ਉਹਦੀ ਵੀ ਸੇਵਾ ਗਿਣੀ ਜਾਂਦੀ ਹੈ, ਉਦੋਂ ਪਾਤਸ਼ਾਹ ਜੀ ਨੇ ਵਡਿਆਈ ਬਖਸ਼ਣੀ ਹੁੰਦੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਵਡਿਆਈ ਵਾਹਿਗੁਰੂ ਬਖਸ਼ ਦੇਣਾ ਕਰਦਾ। ਹੁਣ ਤੁਸੀਂ ਵੇਖ ਲਓ ਉੱਥੋਂ ਦੇ ਇਲਾਕੇ ਦੀ ਜਿਹੜੀ ਸੰਗਤ ਹੋਵੇਗੀ, ਉਹਨਾਂ ਨੂੰ ਸਾਰੇ ਸ਼ਹੀਦ ਹੀ ਕਹੀ ਜਾ ਰਹੇ ਕਿ ਉਹ ਸ਼ਹੀਦ ਹੋ ਗਏ, ਕਿਉਂਕਿ ਸਿੱਖਾਂ ਦੇ ਵਾਸਤੇ ਉਹ ਗਏ ਸੀ, ਅਤੇ ਭਾਵੇਂ ਉਹਨਾਂ ਦੇ ਨਾਲ ਜਿਹੜਾ ਹੈ ਇਹ ਨਿਹੱਕ ਹੋਇਆ, ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ, ਪਰ ਸਾਧ ਸਿੰਘ ਜੀ ਫਿਰ ਵੀ ਜਿਹੜਾ ਉਹਨਾਂ ਦੀ ਵਡਿਆਈ ਤਾਂ ਬਣ ਗਈ ਨਾ ਗੁਰਮੁਖਾਂ ਦੀ। ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਆਪਾਂ ਧਿਆਨ ਨਾਲ ਸਮਝੀਏ ਤਾਂ ਇਹਦੇ ਵਿੱਚ ਆਪਾਂ ਨੂੰ ਸਾਰੇ ਉੱਤਰ ਮਿਲ ਜਾਣਗੇ ਵੀ ਉਹਨਾਂ ਦਾ ਗਾਂਹ ਕੀ ਬਣਿਆ, ਉਹਨਾਂ ਦੀਆਂ ਰੂਹਾਂ ਕਿੱਧਰ ਨੂੰ ਗਈਆਂ, ਕੀ ਹੋਇਆ ਹੋਵੇਗਾ ਉਹਨਾਂ ਦੀਆਂ ਰੂਹਾਂ ਨਾਲ। ਇਹ ਸਾਨੂੰ ਗੁਰੂ ਦੇ ਹੁਕਮ ਦੇ ਵਿੱਚੋਂ ਸਭ ਕੁਝ ਮਿਲਦਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਕੁਛ ਨਹੀਂ, ਅਤੇ ਨਾ ਹੀ ਗੁਰੂ ਦੇ ਹੁਕਮਨਾਮੇ ਨੂੰ ਕਦੀ ਧਿਆਨ ਨਾਲ ਸੋਚਣਾ ਸਮਝਣਾ ਵਿਚਾਰਨਾ ਕਰਦੇ ਵੀ ਕੀ ਕਿਹਾ ਕਰ ਸਤਿਗੁਰਾਂ ਨੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸੇਵਕ ਹੈ ਨਾ, ਲੋਕ ਤਾਂ ਆਪਣੇ ਘਰ ਦੇ ਕੰਮ ਜਾਂ ਆਪਣੇ ਰਿਸ਼ਤੇਦਾਰਾਂ ਦੇ ਕੰਮ ਨਹੀਂ ਆਉਣਾ ਕਰਦੇ ਕਈ ਵਾਰ,
ਜੇ ਕੋਈ ਕੰਮ ਪੈ ਗਿਆ ਰਿਸ਼ਤੇਦਾਰ ਨੂੰ ਕਹਿ ਫੋਨ ਕੀਤਾ ਨਾ ਮੇਰਾ ਕੰਮ ਕਰ ਦੇ, ਉਹ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ, ਤੇਰਾ ਕੰਮ ਕਿਵੇਂ ਕਰ ਦੇਵਾਂ। ਪਰ ਸਾਧ ਸਿੰਘ ਜੀ ਜਿਹੜੇ ਕੋਈ ਸਮਾਜ ਦੇ ਵਾਸਤੇ ਕੰਮ ਕਰਨ ਵਾਸਤੇ ਤੁਰਦੇ ਆ, ਉਹ ਤੁਰਨਾ ਕਰਦੇ ਆ ਜਿਹੜੇ, ਇੱਕ ਤਾਂ ਹੁੰਦੇ ਆ ਜਿਹੜੇ ਬੱਲੇ ਬੱਲੇ ਦੀ ਜਾਂ ਚੌਧਰ ਦੀ ਭੁੱਖ ਵਾਸਤੇ ਤੁਰਦੇ ਆ, ਉਹ ਬੜੇ ਸਾਡੇ ਲੀਡਰ ਤੁਰੇ ਹੋਏ ਆ, ਬੜੇ ਬੜੇ ਲੀਡਰ ਤੁਰ ਪੈਣਾ ਕਰਦੇ ਇਸ ਪਾਸੇ। ਇੱਕ ਉਹ ਹੁੰਦੇ ਜਿਹੜੇ ਗੁਰਮੁਖ ਪਿਆਰੇ, ਉਹਨਾਂ ਦੇ ਕੋਲ ਕੁਛ ਵੀ ਨਹੀਂ, ਪਾਵਰ ਵੀ ਕੋਈ ਨਹੀਂ, ਸ਼ਕਤੀ ਕੋਈ ਨਹੀਂ, ਪਰ ਸਾਧ ਸਿੰਘ ਜੀ ਉਹ ਤੁਰ ਪੈਣਾ ਕਰਦੇ ਆ। ਉਹ ਤੁਰਦੇ ਕਿਹੜੇ ਆ? ਜਿਹਨੇ ਸਾਧ ਸਿੰਘ ਜੀ ਵਾਹਿਗੁਰੂ ਨੂੰ ਅੰਗ ਸੰਗ ਸਮਝਣਾ ਕਰਦੇ। ਮੈਂ ਹੁਕਮਨਾਮਾ ਲਿਆ ਰਿਹਾ ਸੀ, ਮੈਨੂੰ ਐਵੇਂ ਲੱਗਿਆ ਵੀ ਜਿਵੇਂ ਉਹਨਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਨੂੰ ਪਰਮਾਤਮਾ ਨੂੰ ਆਪਣੇ ਨਾਲ ਸਮਝ ਕੇ ਤੁਰ ਪਏ, ਨਹੀਂ ਤਾਂ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਇਹ ਕੁਝ ਹੁੰਦਾ, ਸਾਡੇ ਨਾਲ ਵੀ ਕੁਝ ਘਟਨਾ ਵਾਪਰ ਸਕਦੀ ਹੈ, ਡਰ ਵੀ ਹੋ ਸਕਦਾ ਬੱਚਿਆਂ ਨੂੰ, ਪਰਿਵਾਰ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਵੀ ਡਰ ਹੋ ਸਕਦਾ। ਪਰ ਉਹ ਕਿਉਂ ਤੁਰ ਪਏ? ਉਹਨਾਂ ਨੇ ਵਾਹਿਗੁਰੂ ਨੂੰ ਅੰਗ ਸੰਗ ਸਮਝਿਆ। ਆ ਸਤਿਗੁਰਾਂ ਦੀ ਪੰਕਤੀ ਅੱਗੇ ਆਉਂਦੀ ਹੈ, ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਪੂਰਾ ਮੇਰਾ ਨਾਲ। ਐਂ ਲੱਗਿਆ ਵੀ ਜਿਵੇਂ ਉਹਨਾਂ ਨੇ ਸਮਝਿਆ ਵੀ ਪਰਿਵਾਰ ਪਰਮਾਤਮਾ ਜਿਹੜਾ ਨਾ ਪ੍ਰਕਿਰਤੀ ਤੋਂ ਪਰੇ ਬ੍ਰਹਮ ਸਰੂਪ ਪਰਮੇਸ਼ਰ ਉਹ ਸਾਡੇ ਨਾਲ ਹੈ, ਅੰਗ ਸੰਗ ਹੈ। ਸ਼ਹੀਦੀ ਹੀ ਉਹ ਗੁਰਮੁਖੋਂ ਪਾ ਸਕਦਾ ਜਿਹੜਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝਦਾ ਹੈ। ਅਤੇ ਜਿਹੜਾ ਸਮਝਦਾ ਨਾ ਗੁਰਦੁਆਰੇ ਅਤੇ ਗੁਰੂ ਗ੍ਰੰਥ ਸਾਹਿਬ, ਅਤੇ ਇੱਥੇ ਭਾਵੇਂ ਸ਼ਰਾਬ ਪੀ ਜਾਓ, ਭਾਵੇਂ ਮਾਸ ਖਾਈ ਜਾਓ, ਇੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਵੇਖਦੇ? ਘਰ 'ਚ ਕਿਹੜਾ ਕੋਈ ਵੇਖ ਰਿਹਾ? ਜੋ ਮਰਜ਼ੀ ਖਾਈ ਜਾਓ, ਪੀ ਜਾਓ। ਜਿਹੜਾ ਸਾਧ ਸੰਗ ਜੀ ਗੁਰੂ ਨੂੰ ਧੋਖਾ ਦੇਣਾ ਕਰਦਾ, ਬਾਹਰ ਜਾ ਕਰ ਕੀ ਕਰੀ ਜਾਂਦਾ ਵੀ ਚੱਲ ਕਰਮ ਕਰੀ ਜਾਓ, ਖੋਟੇ ਕਰਮ ਕਰੀ ਜਾਓ, ਇੱਥੇ ਨਿੰਦਿਆ ਚੁਗਲੀ ਜੋ ਮਰਜ਼ੀ ਕਰੋ, ਝੂਠ ਬੋਲੋ, ਇੱਥੇ ਕਿਹੜਾ ਵੇਖਦਾ ਕੋਈ? ਉਹ ਕਿੱਥੋਂ ਕੁਰਬਾਨੀ ਕਰ ਸਕਦਾ? ਕੁਰਬਾਨੀ ਉਹਨਾਂ ਗੁਰਮੁਖਾਂ ਨੇ ਕੀਤੀ ਹਮੇਸ਼ਾ, ਜਿਨ੍ਹਾਂ ਨੇ ਪੂਰਨ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਨਾ ਕੀਤਾ ਹੈ। ਉਹਨਾਂ ਵੇਖਣਾ ਕੀਤਾ ਵੀ ਜਹ ਜਹ ਵੇਖੋ ਤਹ ਜੂਰ, ਦੂਰ ਕਦੋਂ ਨਾ ਜਾਈ ਰਵ ਰਿਹਾ ਸਰਬੱਤਰ, ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜਿਆ ਸੋ ਸੰਗੀ ਗਨੀਐ, ਉਹਨੂੰ ਸੰਗੀ ਜਾਣਨਾ ਕੀਤਾ, ਅੰਗ ਸੰਗ ਜਾਣਨਾ ਕੀਤਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਬਚਨ ਵਾਰ ਵਾਰ ਸਮਝਾਉਂਦੇ ਵੀ ਪਰਮਾਤਮਾ ਨੂੰ ਅੰਗ ਸੰਗ ਜਾਣਨਾ ਕਰ। ਅਸੀਂ ਧਰਮੀ ਹੀ ਉਦਣ ਬਣ ਸਕਦੇ ਜਿੱਦਣ ਵਾਹਿਗੁਰੂ ਨੂੰ ਅੰਗ ਸੰਗ ਜਾਣਾਂਗੇ। ਸੋ ਸਤਿਗੁਰੂ ਜੀ ਅੱਗੇ ਕਹਿੰਦੇ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ। ਪੂਰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪੂਰਨ ਤੌਰ 'ਤੇ ਰੱਖਿਆ ਕੀਤੀ। ਵਾਹਿਗੁਰੂ ਆਪ ਆਪਣੇ ਸੇਵਕਾਂ ਦੀ ਰੱਖਿਆ ਕਰਨਾ ਕਰਦਾ ਹੈ। ਹੋਏ ਸਰਬ ਦਿਆਲ, ਸਾਰਿਆਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਿਆਲ ਹੋ ਜਾਣਾ ਕਰਦਾ। ਇੱਕ ਦੇ ਅੰਦਰ ਸਾਧ ਸੰਗ ਜੀ ਸ਼ੁੱਧ ਭਾਵਨਾ ਹੋਵੇ, ਵਾਹਿਗੁਰੂ ਨੂੰ ਅੰਗ ਸੰਗ ਜਾਣਦਾ ਹੋਵੇ, ਅਤੇ ਉਹਦੀ ਜਿਹੜੇ ਸੰਗੀ ਸਾਥੀ ਜਿੰਨੇ ਵੀ ਹੁੰਦੇ ਆ ਨਾ, ਵਾਹਿਗੁਰੂ ਸਾਰਿਆਂ ਦੇ ਉੱਤੇ ਉਹਨਾਂ ਦੀ ਕਿਰਪਾ ਕਰ ਦੇਣਾ ਕਰਦਾ। ਜਦੋਂ ਸਾਧ ਸਿੰਘ ਜੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਜੀ ਉਹਨਾਂ ਦੇ ਪਾਸੋਂ ਤੁਰੇ ਸੀ ਨਾ, ਭਾਈ ਫੌਜਾ ਸਿੰਘ ਜੀ ਉਹਨਾਂ ਨੂੰ ਪਤਾ ਲੱਗਿਆ ਸੀ ਲੰਗਰ ਵਿੱਚ ਸਨ, ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਨਾ ਜਾਓ, ਅਸੀਂ ਜਾਣਾ ਕਰਦੇ ਹਾਂ। ਕੀ ਬਾਬਾ ਫੌਜਾ ਸਿੰਘ ਜੀ ਦਾ ਜੀਵਨ ਬੜਾ ਉੱਚਾ ਸੀ, ਬਹੁਤ ਜ਼ਿਆਦਾ ਸਿਮਰਨ ਕਰਦੇ ਸੀ, ਖੰਡ ਕੀਰਤਨੀ ਜਥੇ ਦੇ ਸਿੰਘ ਗੁਰਮੁਖ ਪਿਆਰਿਆਂ ਦੇ ਕੋਲੋਂ ਸੁਣਿਆ ਜਿਹੜੇ ਉਹਨੂੰ ਨਾਲ ਰਹੇ ਹੈ। ਉਹ ਕਹਿੰਦੇ ਵੀ ਰਾਤ ਨੂੰ ਚੌਂਕੜਾ ਮਾਰ ਕੇ ਬੈਠ ਜਾਣਾ ਰੈਣ ਸਭਾਈ ਕੀਰਤਨ ਵਿੱਚ, ਸਵੇਰੇ ਉੱਠਣਾ ਅੱਖਾਂ ਖੋਲਣੀਆਂ, ਇੱਕ ਅਲੱਗ ਜਿਹੜਾ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸਿਮਰਨ ਕਰਦੇ ਰਹਿਣਾ। ਏਡੀ ਅਵਸਥਾ ਸੀ ਉਹਨਾਂ ਗੁਰਮੁਖਾਂ ਦੀ। ਅਤੇ ਜਦੋਂ ਸਾਧ ਸਿੰਘ ਜੀ ਉਹ ਤੁਰੇ ਨਾ, ਅਤੇ ਉਹਦੇ ਉੱਤੇ ਵਾਹਿਗੁਰੂ ਦੀ ਦਇਆ ਸੀ, ਕਿਰਪਾ ਸੀ ਉਹਦੇ 'ਤੇ, ਅਤੇ ਉਹ ਸਾਰਿਆਂ ਦੇ ਜਿਹੜੇ ਨਾਲ ਉਹਦੇ ਸੰਗੀ ਸਾਥੀ ਜਿੰਨੇ ਵੀ ਤੁਰੇ, ਸਾਰਿਆਂ ਦਾ ਨਾਂ ਵੇਖੋ ਸ਼ਹੀਦਾਂ 'ਚ ਆ ਗਿਆ। 13 ਸਿੰਘ ਸ਼ਹੀਦ, 84 ਜ਼ਖਮੀ ਹੋਏ, ਸਾਰਿਆਂ ਦਾ ਜਿਹੜਾ ਨਾਂ ਬਣ ਗਿਆ। ਕਿਉਂ ਬਣ ਗਿਆ? ਕਿਉਂਕਿ ਉਹ ਸਾਥੀ ਸਨ, ਉਹਦੇ ਸੰਗੀ ਸਨ। ਪਰ ਅਸੀਂ ਇਹੋ ਜਿਹਾ ਕੋਈ ਵਸਤਾ ਵਾਲਾ ਗੁਰਮੁਖ ਪਿਆਰਾ ਮਿਲੇ, ਉਹਨੂੰ ਤਾਂ ਟਿਚਰਾਂ ਕਰਦੇ, ਉਹਨੂੰ ਤਾਂ ਮਾੜਾ ਬੁਰਾ ਭਲਾ ਕਹਿਣਾ ਕਰਦੇ। ਵਸਤਾ ਵਾਲੇ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੋਈ ਗੁਰਮੁਖ ਨਾਮ ਜਪਣ ਵਾਲਾ, ਉਹਦੇ ਤੋਂ ਅਸੀਂ ਦੂਰ ਰਹਿਣਾ ਕਰਦੇ। ਸੋ ਸਤਿਗੁਰੂ ਸਾਹਿਬ ਜੀ ਅੱਗੇ ਰਹਾਉ ਵਿਸ਼ਰਾਮ ਦੇ ਕੇ ਸਾਨੂੰ ਦੱਸਣਾ ਕਰਦੇ, ਉਪਦੇਸ਼ ਦਿੰਦੇ ਆ, ਅਨੰਦਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ। ਪਾਤਸ਼ਾਹ ਕਹਿੰਦੇ ਜਿਹੜਾ ਸਾਡੇ ਜੀਵ ਆਤਮਾ ਦਾ ਔਰ ਪ੍ਰਾਣਾਂ ਦਾ ਦਾਤਾ ਹੈ, ਸਾਡੇ ਅੰਦਰ ਜਿਹੜੀ ਆਤਮਾ ਪਾਈ ਹੈ ਉਹ ਪਰਮੇਸ਼ਰ ਨੇ ਅੰਸਰ ਟਿਕਾਉਣਾ ਕੀਤੀ ਹੈ। ਇਹ ਜਿਹੜੇ ਪ੍ਰਾਣ ਸੁਭਾਅ ਚੱਲਦੇ ਆ ਵੀ ਵਾਹਿਗੁਰੂ ਦਾਤੇ ਨੇ ਦਿੱਤੇ ਹੋਏ ਹੈ, ਪਰ ਪਾਤਸ਼ਾਹ ਕਹਿੰਦੇ ਰਾਤ ਦਿਨ ਉਸ ਵਾਹਿਗੁਰੂ ਪਰਮਾਤਮਾ ਨੂੰ ਦਾਤੇ ਨੂੰ ਧਿਆਉਣਾ ਕਰੇ, ਰਾਤ ਦਿਨ ਧਿਆਉਣਾ ਕਰੇ। ਇੱਕ ਰਸ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉਂ ਬਾਰਕ ਪਿਤ ਮਾਤਾ। ਪਾਤਸ਼ਾਹ ਕਹਿੰਦੇ ਆਪਣੇ ਦਾਸ ਨੂੰ ਉਹ ਵਾਹਿਗੁਰੂ ਪਰਮਾਤਮਾ ਕੰਠ ਲਾ ਕਰਕੇ ਰੱਖਣਾ ਕਰਦਾ, ਜਿਵੇਂ ਸਾਧ ਸੰਗ ਜੀ ਬਾਲਕ ਨੂੰ ਮਾਤਾ ਪਿਤਾ ਆਪਣੇ ਗਲ ਨਾਲ ਲਾਉਣਾ ਕਰਦੇ। ਛੋਟਾ ਜਿਹਾ ਬਾਲਕ ਹੁੰਦਾ ਨਾ, ਅਤੇ ਮਾਤਾ ਪਿਤਾ ਨੂੰ ਪਿਆਰਾ ਲੱਗਦਾ ਅਤੇ ਉਹਨੂੰ ਚੁੱਕ ਚੁੱਕ ਕੇ ਗਲੇ ਨਾਲ ਲਾਉਣਾ ਕਰਦੇ ਹੈ। ਵਾਹਿਗੁਰੂ ਪਰਮਾਤਮਾ ਆਪਣੇ ਪਿਆਰਿਆਂ ਨੂੰ ਐਂ ਸਾਧ ਸੰਗ ਜੀ ਕੰਠ ਗਲੇ ਨਾਲ ਲਾ ਲੈਣਾ ਕਰਦਾ, ਗਲੇ ਨਾਲ ਲਾ ਕੇ ਰੱਖਦਾ।
ਹੁਣ ਇਸ ਪੰਕਤੀ ਦੀ ਧਿਆਨ ਦੇ ਨਾਲ ਵਿਚਾਰ ਕਰੀਏ ਨਾ, ਜੇ ਆਪਾਂ ਆਪਾਂ ਅਰਦਾਸ ਕੀਤੀ ਨਾ ਵੀ ਮਹਾਰਾਜ ਜਿਹੜੇ ਸ਼ਹੀਦ ਸਿੱਖ ਹੋਏ ਉਹਨਾਂ ਨੂੰ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਜਾਂ ਆਪਾਂ ਬੇਨਤੀ ਕਰਦੇ ਵੀ ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਬਖਸ਼ੋ, ਉਹਨਾਂ ਰੂਹਾਂ ਦਾ ਭਲਾ ਕਰੋ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਉੱਤਰ ਹੀ ਦੇ ਦਿੱਤਾ ਭਾਈ, ਉਹ ਤਾਂ ਸਾਰੇ ਵਾਹਿਗੁਰੂ ਨੇ ਆਪਣੇ ਗਲੇ ਨਾਲ ਲਾ ਲਏ, ਕੰਠ ਨਾਲ ਲਾ ਲਏ ਵਾਹਿਗੁਰੂ ਨੇ, ਰੱਖਿਆ ਕਰਦਾ ਪਰਮੇਸ਼ਰ। ਕਿਉਂਕਿ ਜਿਹੜਾ ਪਰਮਾਤਮਾ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਜਾਣਾ ਕਰਦਾ, ਉਹਨੂੰ ਅੰਗ ਸੰਗ ਜਾਣ ਕਰਕੇ ਸਮਾਜ ਦਾ ਧਰਮ ਦਾ ਕੋਈ ਵੀ ਚੰਗਾ ਕਰਮ ਕਰਨ ਵਾਸਤੇ ਤੁਰਦਾ ਨਾ, ਅਤੇ ਵਾਹਿਗੁਰੂ ਉਹਨੂੰ ਸਾਧ ਸਿੰਘ ਜੀ ਆਪਣੇ ਗਲੇ ਨਾਲ ਲਾਉਣਾ ਕਰਦਾ ਵੀ ਇਹ ਮੇਰੀ ਪਰਜਾ ਵਾਸਤੇ ਮੇਰੀ ਸ੍ਰਿਸ਼ਟੀ ਵਾਸਤੇ ਚੰਗਾ ਕਰਦਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿੱਖਾਂ ਨੂੰ ਇਹ ਬਖਸ਼ਿਸ਼ ਕੀਤੀ ਵੀ ਜਦੋਂ ਵੀ ਮੰਗੋ ਨਾ ਗੁਰੂ ਦੇ ਦਰ 'ਤੇ ਆ ਕੇ ਪਰਮਾਤਮਾ ਦੇ ਅੱਗੇ ਸਨਮੁੱਖ ਹੋਵੋ ਅਤੇ ਅਰਦਾਸ ਇਹ ਕਰਿਆ ਕਰੋ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਉਂਕਿ ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ ਉਹਨੂੰ ਸਤਿਗੁਰੂ ਜੀ ਆਪਣੇ ਗਲੇ ਨਾਲ ਲਾਉਣਾ ਕਰਦੇ ਹੈ, ਅਤੇ ਜਿਹੜਾ ਸਾਧ ਸਿੰਘ ਜੀ ਗੁਰਦੁਆਰੇ ਆ ਕੇ ਕਹੇ ਸਰਬੱਤ ਦਾ ਭਲਾ ਅਤੇ ਘਰ ਜਾ ਕੇ ਕਹੇ ਵੀ ਗੁਆਂਢੀਆਂ ਦਾ ਭਲਾ ਨਾ ਹੋਵੇ, ਉਹਦੇ 'ਤੇ ਗੁਰੂ ਸਾਹਿਬ ਨੇ ਕੀ ਕਿਰਪਾ ਕਰਨੀ ਹੈ। ਆਪਾਂ ਨੂੰ ਜਿਹੜਾ ਹੈ ਆਪਣੇ ਅੰਦਰੋਂ ਵੈਰ ਭਾਵਨਾ ਛੱਡਣੀ ਚਾਹੀਦੀ ਹੈ। ਆਪਾਂ ਕਹਿੰਦੇ ਨੇ ਵੀ ਹਰ ਕੀਰਤਨ ਗੁਰਮੁਖ ਜੋ ਸੁਣਤੇ ਵੈਰ ਵਿਰੋਧ ਮਿਟੇ ਅਤੇ ਮੰਨਤੇ, ਵੀ ਵੈਰ ਵਿਰੋਧ ਉਹਨਾਂ ਦੇ ਮਨੋਂ 'ਚ ਮਿਟਣਾ ਚਾਹੀਦਾ ਜਿਹੜੇ ਵਾਹਿਗੁਰੂ ਦੀ ਕੀਰਤੀ ਨੂੰ ਕੀਰਤਨ ਨੂੰ ਸੁਣਦੇ ਹੈ। ਪਰ ਵੇਖਣ ਵਿੱਚ ਆਉਂਦਾ ਵੀ ਗੁਰਦੁਆਰੇ ਆਪਾਂ ਕੀਰਤਨ ਸੁਣਦੇ ਹਾਂ ਅਤੇ ਘਰਾਂ 'ਚ ਜਾ ਕੇ ਇੱਕ ਦੂਜੇ ਨਾਲ ਵੈਰ ਵਿਰੋਧ ਕਰਨਾ ਕਰਦੇ ਤਾਂ ਭਲਾ ਸਾਡਾ ਕਿੱਥੋਂ ਹੋਊਗਾ। ਜਿਸ ਦਿਨ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹਰ ਸਮੇਂ ਸਾਡੇ ਹਿਰਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਭਲਾ ਮੰਗਾਂਗੇ, ਸਾਰਿਆਂ ਦਾ ਭਲਾ ਸੋਚਾਂਗੇ, ਭਲਾ ਕਰਨ ਦਾ ਯਤਨ ਕਰਾਂਗੇ, ਉਦੋਂ ਵਾਹਿਗੁਰੂ ਸਾਨੂੰ ਅੰਗ ਸੰਗ ਜਿਹੜਾ ਹੈ ਰੱਖੇਗਾ, ਆਪ ਕੇ ਨਾਲ ਰੱਖੇਗਾ, ਗਲੇ ਨਾਲ ਲਾ ਲੈਣਾ ਕਰੇਗਾ। ਮਹਾਰਾਜ ਕਹਿੰਦੇ ਸਾਡੇ ਉੱਗਣ ਨਹੀਂ ਵੇਖਦਾ ਉਹ ਪਰਮਾਤਮਾ। ਆਪਾਂ ਕਹਿੰਦੇ ਸਾਡੇ ਉੱਗਣ ਬੜੇ ਹੈ, ਕਈ ਕਹਿੰਦੇ ਜੀ ਮੈਂ ਗੁਰਦੁਆਰੇ ਕੀ ਜਾਵਾਂ, ਅਰਦਾਸ ਕੀ ਕਰਾਂ, ਮੇਰੀ ਪਤਾ ਨਹੀਂ ਮਹਾਰਾਜ ਨੇ ਸੁਣਨੀ ਹੈ ਕਿ ਨਹੀਂ ਸੁਣਨੀ, ਮੇਰੇ ਵਿੱਚ ਤਾਂ ਔਗਣ ਬੜੇ, ਮੈਂ ਤਾਂ ਪਾਪ ਬੜੇ ਕੀਤੇ ਹੈ। ਪਰ ਪਾਤਸ਼ਾਹ ਕਹਿੰਦੇ ਕੰਠ ਲਾਏ ਔਗਣ ਸਭ ਮੇਟੇ, ਦਿਆਲ ਪੁਰਖ ਬਖਸ਼ਿੰਦ। ਉਹ ਆਪਣੇ ਗਲੇ ਨਾਲ ਲਾਲਣਾ ਕਰਦਾ ਅਤੇ ਸਾਰੇ ਹੀ ਔਗਣ ਮੇਟ ਦੇਣਾ ਕਰਦਾ ਹੈ, ਉਹਦਾ ਇਹੋ ਜਿਹਾ ਦਿਆਲੂ ਹੈ। ਉਹ ਵੇਖਦਾ ਹੀ ਨਹੀਂ ਵੀ ਔਗਣ ਕਿੰਨੇ ਇਹਦੇ, ਔਗਣਾਂ ਦੀ ਗਿਣਤੀ ਨਹੀਂ ਉਹ ਕਰਨਾ ਕਰਦਾ ਸਾਡੀ। ਜਦੋਂ ਆਪਾਂ ਗੁਰੂ ਦੇ ਦਰ ਕਿਤੇ ਆ ਕੇ ਕਹਿ ਦਿੰਦੇ ਹਮਰੀ ਗਣਤਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਉਹਦਾ ਇਹ ਬਿਰਧ ਹੈ, ਸੁਭਾਅ ਹੈ। ਜਿਵੇਂ ਸਾਧ ਸੰਗਤ ਜੀ ਬਾਲਕ ਕਿੰਨੀਆਂ ਵੀ ਗਲਤੀਆਂ ਕਰ ਲੈਣਾ ਕਰਦਾ, ਛੋਟਾ ਜਿਹਾ ਕਈ ਕੁਛ ਕਰਦਾ, ਪਰ ਮਾਤਾ ਪਿਤਾ ਨੂੰ ਫਿਰ ਵੀ ਪਿਆਰਾ ਲੱਗਦਾ, ਉਹਨੂੰ ਚੁੱਕ ਕੇ ਗਲੇ ਨਾਲ ਹੀ ਲਾਉਣਾ ਕਰਦੇ ਛੋਟੇ ਜਿਹੇ ਬਾਲਕ ਨੂੰ, ਇਵੇਂ ਵਾਹਿਗੁਰੂ ਕਰਦਾ ਕਿਰਪਾ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮੂਹ ਸੰਗਤਾਂ ਨੂੰ ਭਾਣੇ ਅੰਦਰ ਹੁਕਮ ਵਿੱਚ ਚੱਲਣ ਦੀ ਸਮਰੱਥਾ ਬਖਸ਼ਣ, ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਵਿਛੜੀਆਂ ਹੋਈਆਂ ਰੂਹਾਂ ਨੂੰ ਬਖਸ਼ਿਸ਼ ਕਰਨ। ਦੋ ਪੰਕਤੀਆਂ ਪੜ੍ਹ ਕਰਕੇ ਸਾਧ ਸਿੰਘ ਜੀ ਸਮਾਪਤੀ ਕਰੀਏ। ਮੇਰੇ ਮਨ ਵਿੱਚ ਖਿਆਲ ਪੈਦਾ ਹੋਇਆ ਸੀ ਵੀ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਹੁੰਦੇ ਸਨ ਵੀ ਜੇ ਕੋਈ ਸਿੰਘ ਚੜ੍ਹਾਈ ਕੀਤਾ ਹੋਵੇ ਨਾ, ਉਸ ਸਿੰਘ ਦੇ ਨਿਮਿੱਤ ਜਿਹੜਾ ਹੈ ਅਰਦਾਸ ਕਰਨੀ ਅਤੇ ਅਖੰਡ ਪਾਠ ਕਰਕੇ ਅਰਦਾਸ ਕਰਕੇ ਭੋਗ ਤੋਂ ਉਪਰੰਤ ਸ਼ਬਦ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ। ਅਤੇ ਉਹ ਛੋਟਾ ਜਿਹਾ ਹੁਕਮਨਾਮਾ ਸੀ, ਮੇਰੇ ਮਨ 'ਚ ਵਿਚਾਰ ਹੋ ਗਈ ਵੀ ਆਪਾਂ ਇਹ ਕਿੰਨੇ ਸਿੱਖ ਹੋਏ ਆ, ਪਤਾ ਨਹੀਂ 20 ਸਿੱਖ ਸ਼ਹੀਦ ਹੋਏ ਆ, ਅਤੇ 20 ਦੀ ਅਰਦਾਸ ਆਪਾਂ ਗੁਰੂ ਦੇ ਚਰਨਾਂ 'ਚ ਕੀਤੀ, ਕਿਉਂ ਨਾ ਹੋਵੇ ਆਪਾਂ ਹੁਕਮਨਾਮੇ ਦੀ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਭਾਵੇਂ ਜ਼ਿੰਦਗੀ ਦੇ ਸਾਡੇ ਬੜੇ ਰੁਝੇਵੇਂ ਆ, ਕਾਹਲੀ ਵੀ ਆ ਸਾਨੂੰ ਕੰਮਾਂ ਕਾਰਾਂ ਦੇ ਵਿੱਚ, ਪਰ ਫਿਰ ਵੀ ਆਪਾਂ ਉਹਨਾਂ ਦੀ ਖਤ ਇੰਨੀ ਕੁ ਵਿਚਾਰ ਕਰ ਲਈਏ, ਚਲੋ ਗੁਰੂ ਸਾਹਿਬ ਕਿਰਪਾ ਕਰੇ, ਨਾਲੇ ਸਾਡਾ ਭਲਾ ਹੋ ਜਾਵੇ, ਨਾਲੇ ਉਹਨਾਂ ਰੂਹਾਂ ਨੂੰ ਇਹ ਜਿਹੜਾ ਹੈ ਕੀਤੀ ਹੋਈ ਗੁਰੂ ਕੀ ਬਾਣੀ ਦੀ ਵਿਚਾਰ ਦਾ ਮਹੱਤਵ ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਆਓ ਦੋ ਪੰਕਤੀਆਂ ਪੜ੍ਹ ਕਰਕੇ ਨਾਲ ਹੀ ਸਮਾਪਤੀ ਕਰੀਏ ਜੀ। ਅਨੰਦਨ ਨਾਨਕ ਨਾਮ ਧਿਆਏ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰੱਖੈ, ਜਿਉਂ ਬਾਰਕ ਪਿਤ ਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।